ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਕੀ ਹਾਲ ਚਾਲ ਜੀ? ਠੀਕ ਠਾਕ ਹੋ ਸਾਰੇ? ਤੇ ਲਓ ਜੀ, ਸਵੇਰ ਦੀ ਸ਼ੁਰੂਆਤ ਹੋ ਗਈ ਹੈ ਤੇ ਮੈਂ ਪ੍ਰੀਤ ਹਰ ਵਾਰ ਦੀ ਤਰ੍ਹਾਂ ਅੱਜ ਫਿਰ ਚਾਰੀਆਂ ਚੁਸਕੀਆਂ ਦੇ ਨਾਲ ਡੇਲੀ ਡੋਜ਼ ਲੈ ਕੇ ਹਾਜ਼ਰ ਹਾਂ ਜੀ। ਵੀਕਐਂਡ ਖਤਮ ਹੋ ਗਿਆ ਤੇ ਮੰਡੇ ਦੀ ਸ਼ੁਰੂਆਤ ਹੋ ਗਈ। ਆਈ ਹੋਪ ਤੁਹਾਡਾ ਸਭ ਦਾ ਇਹ ਵੀਕਐਂਡ ਜਿਹੜਾ ਬਹੁਤ ਵਧੀਆ ਨਿਕਲਿਆ ਹੋਵੇਗਾ। ਤੇ ਹੁਣ ਮੰਡੇ ਦੀ ਸ਼ੁਰੂਆਤ ਜਿਹੜੀ ਡੇਲੀ ਡੋਜ਼ ਦੇ ਨਾਲ ਹਮੇਸ਼ਾ ਹੀ ਹੁੰਦੀ ਹੈ, ਤੇ ਅੱਜ ਇਹ ਸ਼ੁਰੂਆਤ ਹੋਰ ਵੀ ਜ਼ਿਆਦਾ ਖਾਸ ਹੋਣ ਵਾਲੀ ਹੈ, ਕਿਉਂਕਿ ਅੱਜ ਦੇ ਇਸ ਸ਼ੋਅ ਦੇ ਵਿੱਚ ਮੈਂ ਇਕੱਲੀ ਤੁਹਾਡੇ ਨਾਲ ਗੱਲਾਂ ਬਾਤਾਂ ਨਹੀਂ ਕਰਾਂਗੀ, ਬਲਕਿ ਮੇਰੇ ਨਾਲ ਬਹੁਤ ਹੀ ਸਪੈਸ਼ਲ ਗੈਸਟ ਨੇ। ਉਹ ਅਜਿਹੇ ਗੈਸਟ ਨੇ ਕਿ ਜੇਕਰ ਉਹਨਾਂ ਦਾ ਤੁਸੀਂ ਨਾਮ ਲੈ ਲਓ ਨਾ, ਤੁਹਾਨੂੰ ਵੰਗਾਂ ਵੀ ਫ੍ਰੀ 'ਚ ਮਿਲ ਜਾਣਗੀਆਂ, ਤੁਹਾਨੂੰ ਸੂਟ ਵੀ ਫ੍ਰੀ ਦੇ ਵਿੱਚ ਮਿਲ ਜਾਣਗੇ, ਪੰਜੇਬਾਂ ਵੀ ਫ੍ਰੀ ਦੇ ਵਿੱਚ ਮਿਲ ਜਾਣਗੀਆਂ। ਸੋ ਬਹੁਤ ਚੀਜ਼ਾਂ ਨੇ ਉਹਨਾਂ 'ਤੇ, ਬਸ ਮਿੱਤਰਾਂ ਦਾ ਨਾਂ ਚੱਲਦਾ, ਮੈਨੂੰ ਪਤਾ ਤੁਸੀਂ ਸਮਝ ਗਏ ਹੋਵੋਗੇ। ਸੋ ਜੀ, ਆਪਾਂ ਵੈਲਕਮ ਹੀ ਕਰ ਲੈਂਦੇ ਹਾਂ ਅਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਹੀ ਕਰ ਲੈਂਦੇ ਹਾਂ ਅਤੇ ਜਾਣਦੇ ਹਾਂ ਕਿ ਵਾਕਈ ਅੱਜ ਦੇ ਟਾਈਮ ਦੇ ਵਿੱਚ ਵੀ ਹੁਣ ਉਹਨਾਂ ਦਾ ਨਾਮ ਲੈ ਕੇ ਕਿੰਨੀਆਂ ਕੁ ਚੀਜ਼ਾਂ ਅਸੀਂ ਜਿਹੜੀਆਂ ਫ੍ਰੀ 'ਚ ਲੈ ਸਕਦੇ ਹਾਂ। ਸੋ ਵੈਲਕਮ ਕਰ ਲੈਂਦੇ ਹਾਂ। ਸੋ ਬਹੁਤ ਬਹੁਤ ਸਵਾਗਤ ਹੈ ਜੀ ਮੇਰੀ ਮੁਰਾਦ ਹਰਜੀਤ ਹਰਮਨ ਜੀ ਤੋਂ। ਸੋ ਰਮਨ ਜੀ, ਮੇਰੇ ਵੱਲੋਂ ਵੀ ਜਸ ਪੰਜਾਬੀ ਦਾ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਡੇਲੀ ਡੋਜ਼ ਦੇਖ ਰਹੇ ਸਾਰੇ ਸੱਜਣਾਂ ਨੂੰ ਦਾ ਸਵਾਗਤ ਹੈ ਜੀ। ਸੋ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਇਸ ਸ਼ੋਅ ਦੇ ਵਿੱਚ। ਸੋ ਮੈਂ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਬਾਤਾਂ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਵੀ ਜੇ ਦੇਖਿਆ ਜਾਵੇ ਨਾ, ਇੰਨੇ ਸਾਲਾਂ ਤੋਂ ਉਹੀ ਮੁਕਾਮ 'ਤੇ ਰਹਿਣਾ ਹੈ ਨਾ, ਬਹੁਤ ਵੱਡੀ ਗੱਲ ਹੁੰਦੀ ਹੈ। ਅਤੇ ਜੋ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਵੀ ਹਾਸਿਲ ਕੀਤਾ, ਬਹੁਤ ਗੀਤ ਤੁਹਾਡੇ ਸੁਣੇ ਨੇ ਅਤੇ ਅੱਜ ਵੀ ਉਹ ਗੀਤ ਓਨੇ ਹੀ ਹਿੱਟ ਹੋ ਰਹੇ ਨੇ, ਹੈ ਨਾ, ਕਿਉਂਕਿ ਬਹੁਤ ਪਹਿਲੇ ਦੌਰ ਦੇ ਇੱਦਾਂ ਦੇ ਸਿੰਗਰ ਸੀਗੇ ਜੋ ਅੱਜ ਦੇ ਟਾਈਮ ਦੇ ਵਿੱਚ ਨਹੀਂ ਐਸਟੈਬਲਿਸ਼ ਹੈਗੇ, ਪਰ ਤੁਹਾਡਾ ਨਾਮ ਇੱਦਾਂ ਦਾ ਹੈਗਾ ਕਿ ਅੱਜ ਵੀ ਤੁਸੀਂ ਗਾਣਾ ਕੱਢ ਦਿਓ ਤਾਂ ਮੈਨੂੰ ਲੱਗਦਾ ਓਨਾ ਹੀ ਸੁਪਰ ਡੁਪਰ ਹਿੱਟ ਹੋ ਜਾਂਦਾ ਹੈ। ਬਿਲਕੁਲ ਜੀ, ਬੜਾ ਸਭ ਤੋਂ ਵੱਡੀ ਗੱਲ ਹੈ ਕਿ ਮੈਨੂੰ ਪ੍ਰਗਟ ਸਿੰਘ ਹੋਰਾਂ ਦੀ ਕਲਮ ਮਿਲੀ ਅਤੇ ਉਹਨਾਂ ਨੇ ਗਾਣੇ ਹੀ ਇੰਨੇ ਕਮਾਲ ਦੇ ਲਿਖੇ, ਜਿਸ ਵੀ ਵਿਸ਼ੇ ਜਿਸ ਸਬਜੈਕਟ ਨੂੰ ਲੈ ਕੇ ਲਿਖਦੇ ਸੀ, ਤਾਂ ਪਰਦੇਸੀਆਂ ਦਾ ਗਾਣਾ ਲਿਖਣਾ, ਜਿਸ ਵੇਲੇ ਕਣਕਾਂ ਨੂੰ ਪਹਿਲਾਂ ਪਾਣੀ ਲਾਉਂਦੇ, ਜੱਟ ਤੋੜੀਏ ਨੂੰ ਪੈਂਦੇ, ਜਦੋਂ ਪੀਲੇ ਪੀਲੇ ਫੁੱਲ ਵੇ ਫੁਲਕਾਰ, ਚਰਖੇ ਦੀ ਗੱਲ ਕਰਨੀ, ਚਾਦਰ, ਹਾਲਾਂਕਿ ਹੁਣ ਸਮਾਂ ਬਦਲ ਗਿਆ। ਹਾਲ ਵਿੱਚ ਮੈਂ 2015 'ਚ ਇੱਕ ਗਾਣਾ ਰਿਲੀਜ਼ ਕੀਤਾ ਵੀ ਮੈਂ ਚਾਦਰ ਕੱਢਦੀ, ਇਹ ਤਾਂ ਬੱਚਿਆਂ ਨੂੰ ਪਤਾ ਨਹੀਂ, ਉਹ ਵੀ ਹਿੱਟ ਰਿਹਾ। ਅਤੇ ਜਦੋਂ ਮੈਂ ਬਾਹਰ ਜਾਂਦਾ ਤਾਂ ਉੱਥੇ ਵੀ ਉਹਦੀ ਸਿਫਾਰਿਸ਼ ਕਿਤੇ ਵੀ ਜਾਵਾਂ ਹੁੰਦੀ ਆ, ਅਤੇ ਮੈਨੂੰ ਲੱਗਦਾ ਕਿ ਪੰਜਾਬ ਦੀ ਗੱਲ ਹੋਵੇ, ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਜਦਾ। ਉਹ ਗਾਣੇ ਇੰਨੇ ਕਮਾਲ ਦੇ ਗਏ ਕਿ ਜੱਟ 24 ਕੈਰਟ ਦਾ ਤੱਕ ਸਾਡਾ ਕਾਫੀ ਲੰਮਾ ਸਫ਼ਰ, ਜਿਹੜਾ ਮੈਨੂੰ ਚਾਹੁਣ ਵਾਲੇ ਅੱਜ ਵੀ ਜਦੋਂ ਮੇਰਾ ਗਾਣਾ ਆਉਂਦਾ ਤਾਂ ਪੂਰੀ ਮੁਹੱਬਤ ਦਿੰਦੇ ਨੇ। ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਲਿਖਣੀ ਸੀ ਉਹ ਕਮਾਲ ਦੀ ਸੀ। ਬਿਲਕੁਲ ਬਿਲਕੁਲ, ਪ੍ਰਗਟ ਸਿੰਘ ਹੁਣਾਂ ਦੀ ਗੱਲ ਕੀਤੀ ਹੈ, ਤੁਹਾਡੇ ਆਲਮੋਸਟ ਸਾਰੇ ਗਾਣੇ ਉਹਨਾਂ ਨੇ ਲਿਖੇ, ਹੈ ਨਾ, ਅਤੇ ਪਰ ਹੁਣ ਜਿਹੜਾ ਨਵਾਂ ਗਾਣਾ ਆ, ਲੇਟੈਸਟ ਤੁਹਾਡਾ ਰਿਲੀਜ਼ ਹੋਇਆ ਹਜੇ ਹਫ਼ਤਾ ਕੀ ਹੋਇਆ, ਅਤੇ ਉਹ ਉਹਨਾਂ ਤੋਂ ਬਿਨਾਂ ਕਿਸੇ ਹੋਰ ਦੀ ਰਾਈਟਿੰਗ ਸੀ। ਸੋ ਸਭ ਤੋਂ ਪਹਿਲਾਂ ਤਾਂ ਮੈਂ ਹੁਣ ਇਹੀ ਜਾਣਨਾ ਚਾਹਾਂਗੀ ਕਿ ਪ੍ਰਗਟ ਸਿੰਘ ਹੁਣਾਂ ਨੇ ਤੁਹਾਡੇ ਇੰਨੇ ਸਾਲਾਂ ਤੋਂ ਤੁਹਾਡੇ ਨਾਲ ਜੁੜੇ ਨੇ, ਹਰ ਗਾਣਾ ਉਹਨਾਂ ਨੇ ਲਿਖਿਆ, ਅਤੇ ਹੁਣ ਕਿੰਨਾ ਕੁ ਮੁਸ਼ਕਿਲ ਹੋਇਆ ਉਹਨਾਂ ਤੋਂ ਬਿਨਾਂ ਕਿਸੇ ਹੋਰ ਰਾਈਟਰ ਨੂੰ ਚੂਜ਼? ਹਾਂਜੀ, ਪੰਜਾਬੀਆਂ ਦੀ ਇੱਕ ਖਾਸੀਅਤ ਹੈ, ਜੋੜੀਆਂ ਦੇ ਵਿੱਚ ਬਲੀਵ ਬਹੁਤ, ਮਤਲਬ ਪਿਆਰ ਦਿੰਦੇ ਆ, ਹੈ ਨਾ। ਉਹ ਹੋਇਆ ਅਚਾਨਕ ਕਿ ਸਾਡੇ ਵੱਲੋਂ ਤਾਂ ਨਹੀਂ ਟੁੱਟੀ, ਉਹਨਾਂ ਦੀ ਇੱਕ ਲਾਈਨ ਸੀਗੀ ਮੇਰੇ ਯਾਦ ਆ ਜਾਂਦੀ ਹੈ, ਗਾਣਾ ਲਿਖਿਆ ਉਹਨਾਂ ਨੇ ਜੱਟ 24 ਕੈਟ ਦਾ, ਜੱਟੀਏ ਜੱਟ 'ਚ ਖੋਟ ਨਾ ਕੋਈ, ਕਹਿੰਦਾ ਸੌਦੇ ਕਰੇ ਜਵਾਨਾਂ ਦੇ ਭਰਿਆ ਕਦੇ ਪ੍ਰਨੋਟ ਨਾ ਕੋਈ। ਹਾਲਾਂਕਿ ਮੇਰਾ ਅਤੇ ਪ੍ਰਗਟ ਸਿੰਘ ਦਾ ਬਾਈ ਉਹਨਾਂ ਨਾਲ ਮੇਰਾ ਕੋਈ ਐਗਰੀਮੈਂਟ ਨਹੀਂ ਸੀ, ਅਸੀਂ ਬਿਨਾਂ ਐਗਰੀਮੈਂਟ ਤੋਂ ਇੱਕ ਪਰਿਵਾਰਕ ਤੌਰ 'ਤੇ ਵੱਡੇ ਭਰਾ ਦੀ ਤਰ੍ਹਾਂ ਸੀ, ਆਪਣਿਆਂ ਦੀ ਤਰ੍ਹਾਂ ਹੀ ਵਿਚਰਦੇ ਰਹੇ ਹਾਂ, ਹੁਣ ਤੱਕ ਸਾਡਾ ਆਪਸ ਵਿੱਚ ਸੰਬੰਧ ਬਣੇ ਰਹੇ, ਅਤੇ ਕੁਦਰਤ ਨੂੰ ਕਈ ਵਾਰ ਮਨਜ਼ੂਰ ਨਹੀਂ ਹੁੰਦਾ, ਅਤੇ ਬਹੁਤ ਦਿਲੀ ਮੈਨੂੰ ਵੀ ਉੱਥੇ ਮੇਰੇ ਗੀਤਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਇਸ ਗੱਲ ਦਾ ਦੁੱਖ ਰਿਹਾ। ਪਰ ਬਚਨ ਬੇਦਲ ਉਹਨਾਂ ਨੇ ਸਭ ਤੋਂ ਪਹਿਲਾਂ ਮੇਰਾ ਗਾਣਾ, ਇਹ ਬਚਨ ਬੇਦਲ ਬਡਰੁੱਖਾਂ ਉਹਨਾਂ ਦਾ ਗਾਣਾ ਲਿਖਿਆ ਹੋਇਆ, ਅਤੇ ਬੜਾ ਉਹਨਾਂ ਦੀ ਜਿਹੜੀ ਲਿਖਣ ਦੀ ਸ਼ੈਲੀ ਹੈ ਉਹ ਪ੍ਰਗਟ ਉਹਨਾਂ ਦੇ ਨਾਲ ਮੇਲ ਬਹੁਤ ਖਾਂਦੀ ਹੈ। ਫਿਰ ਮੈਂ ਸੋਚਿਆ ਵੀ ਮੈਂ ਕੀ ਕਰਾਂ ਜਾਂ ਕਿੱਦਾਂ ਦਾ ਗਾਣਾ ਉੱਦਾਂ ਦਾ ਕਿਵੇਂ ਲੱਭਾਂ, ਫਿਰ ਉਹ ਗਾਣਾ ਮੈਨੂੰ ਇਹ ਜੱਟ ਦੇ ਦਿਲ ਦੀਆਂ ਫਰਜ਼ਾਂ 'ਤੇ ਤੇਰਾ ਨਾਂ ਬੋਲੇ ਮੁਟਿਆਰੇ ਮਿਲ ਗਿਆ, ਅਤੇ ਮੇਰਾ ਪਹਿਲਾ ਗਾਣਾ ਸੀ ਇੱਕ 302 ਬਣ ਜੂ ਮਰਜੂ ਪੁੱਤ ਵਗਾਨਾ, ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਮੈਂ ਸੰਗੀਤ ਦਾ ਸਫ਼ਰ ਸ਼ੁਰੂ ਕੀਤਾ, ਅਤੇ ਉਹ ਵੀ ਬਚਨ ਬੇਦਲ ਉਹਨਾਂ ਦਾ ਲਿਖਿਆ ਸੀ। ਅੱਛਾ, ਹਾਂ, ਅਤੇ ਮੈਨੂੰ ਲੱਗਦਾ ਵੀ ਮੇਰੇ ਚਾਹੁਣ ਵਾਲਿਆਂ ਨੇ ਪੂਰੀ ਮੁਹੱਬਤ ਇਸ ਗੀਤ ਨੂੰ ਦਿੱਤੀ ਆ। ਵੈਸੇ ਵਿਊਆਂ 'ਚ ਤਾਂ ਮੈਂ ਬਹੁਤਾ ਵਿਸ਼ਵਾਸ ਨਹੀਂ ਰੱਖਦਾ, ਫੇਕ ਤੁਸੀਂ ਗਾਣੇ ਸੁਣੋਗੇ 78 ਮਿਲੀਅਨ, ਉਹ ਤੁਸੀਂ ਗਾਣਾ ਨਹੀਂ ਸੁਣਿਆ ਹੁੰਦਾ। ਪਰ ਮੇਰੇ ਗਾਣੇ ਜੱਟੀ ਜੱਟ 24 ਕੈਟ ਦਾ ਜੀ ਵੀ ਮੇਰੇ ਖਿਆਲ ਇੱਕ 10 ਮਿਲੀਅਨ ਤੋਂ ਉੱਪਰ ਹੁਣ ਇੰਨੇ ਸਾਲਾਂ 'ਚ ਗਏ, ਪਰ ਲੋਕਾਂ ਤੱਕ ਪਹੁੰਚੇ। ਮੇਨ ਹੁੰਦਾ ਵੀ ਗਾਣਾ ਤੁਹਾਡੀ ਕੰਨਾਂ ਤੱਕ ਪਹੁੰਚ ਰਿਹਾ ਹੈਗਾ, ਅਤੇ ਇਹ ਗਾਣੇ ਨੂੰ ਬੜੀ ਮੁਹੱਬਤ ਵੀ ਮੈਨੂੰ ਮੇਰੀ ਸੋਚਣ ਤੋਂ ਜ਼ਿਆਦਾ ਮੇਰੇ ਚਾਹੁਣ ਵਾਲੇ ਦੇ ਰਹੇ ਨੇ। ਬਿਲਕੁਲ। ਸੋ ਤੁਹਾਨੂੰ ਕੀ ਲੱਗਦਾ ਕਿ ਇੱਕ ਆਪਾਂ ਗਾਣਾ ਕੱਢ ਤਾਂ ਇੱਕ ਬਹੁਤ ਵਧੀਆ ਵੀਡੀਓ ਵੀ ਬਣਾ ਤੀ ਆ, ਸਿੰਗਰ ਵੀ ਵਧੀਆ, ਪਰ ਇੱਕ ਰਾਈਟਰ ਸਹੀ ਦਾ ਹੋਣਾ ਕਿੰਨਾ ਕੁ ਮਾਇਨੇ ਰੱਖਦਾ ਗਾਣੇ ਦੇ ਵਿੱਚ?
ਦੇਖੋ ਜੀ ਸ਼ਬਦ ਨੇ ਜਿਹੜੇ ਤੁਸੀਂ ਕਿੰਨੇ ਜ਼ੋਰ ਲਾ ਲਓ ਜਿੰਨਾ ਚਿਰ ਤੁਹਾਡੀ ਉਦੋਂ ਸ਼ਬਦਾਵਲੀ ਹੈ ਜਿਹੜੀ ਲੇਖਣੀ ਹੈ ਉਹ ਟੱਚ ਨਹੀਂ ਕਰਦੀ ਤੁਹਾਡੇ ਕੰਪੋਜੀਸ਼ਨਾਂ, ਫਿਰ ਬਾਅਦ 'ਚ ਬਣਦੀਆਂ ਉਹ ਵੀ ਲਿਖਣ ਦੇ ਹਿਸਾਬ ਨਾਲ ਬਣਾਉਣੀ ਪੈਂਦੀ ਹੈ ਵੀ ਕਿਹੋ ਜਿਹਾ ਗਾਣਾ, ਕਿਉਂਕਿ ਗਾਣੇ ਦੇ ਵਿੱਚ ਕਾਫੀ ਹੱਦ ਤੱਕ ਕੰਪੋਜੀਸ਼ਨ ਆਟੋਮੈਟਿਕਲੀ ਬਣੀ ਹੁੰਦੀ ਹੈ ਜਦੋਂ ਤੁਸੀਂ ਬੋਲਦੇ ਹੋ, ਗੁਣ ਗਾਉਂਦੇ ਹੋ, ਉਹਨੂੰ ਥੋੜ੍ਹਾ ਬਹੁਤਾ ਚੇਂਜ ਕਰ ਸਕਦੇ ਹੋ ਅਤੇ ਸ਼ਬਦਾਂ ਦਾ ਹੋਣਾ ਬਹੁਤ ਲਾਜ਼ਮੀ ਹੈ ਮੇਰੇ ਖਿਆਲ ਦੇ ਵਿੱਚ। ਬਿਲਕੁਲ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਅਸੀਂ ਗੱਲ ਕਰੀਏ, ਅੱਜ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਸਾਰੇ ਸਿੰਗਰ ਇੱਦਾਂ ਦੇ ਨੇ ਜੋ ਸ਼ਬਦਾਂ ਨੂੰ ਭੁੱਲ ਗਏ ਨੇ, ਹੈ ਨਾ, ਅਤੇ ਸਿਰਫ ਮਿਊਜ਼ਿਕ 'ਤੇ ਵੀ ਬਸ ਠੀਕ ਹੈ, ਔਰ ਕਿਤੇ ਨਾ ਕਿਤੇ ਕੁਛ ਇੱਕ ਆਡੀਅੰਸ ਵੀ ਉੱਦਾਂ ਦੀ ਹੈਗੀ ਵੀ ਠੀਕ ਹੈ, ਸਾਨੂੰ ਮਿਊਜ਼ਿਕ ਗੱਡੀ 'ਚ ਵੱਜ ਰਿਹਾ ਬਸ ਠੀਕ ਹੈ, ਵਧੀਆ ਲੱਗ ਰਿਹਾ ਠੀਕ ਹੈ, ਬੋਲ ਤਾਂ ਕਦੇ ਕਿਸੇ ਦੀ ਸਮਝ 'ਚ ਹੀ ਨਹੀਂ ਆਉਂਦੇ, ਹੈ ਨਾ। ਸੋ ਬਿਲਕੁਲ, ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹ ਫਿਰ ਥੋੜ੍ਹੇ ਜਿਹੇ ਟਾਈਮ ਦੇ ਲਈ ਹੁੰਦੇ ਨੇ, ਹੈ ਨਾ, ਜਿਵੇਂ ਹੁਣ ਤੁਹਾਡੇ ਗਾਣੇ ਨੇ, ਹੈ ਨਾ, ਜਾਂ ਹੋਰ ਵੀ ਆਪਾਂ ਗੱਲ ਕਰਦੇ ਪੁਰਾਣੇ ਜਿਹੜੇ ਸਿੰਗਰ ਗਾਣੇ ਨੇ ਉਹ ਹਜੇ ਤੱਕ ਯਾਦ ਨੇ। ਮੈਨੂੰ ਯਾਦ ਹੈ ਕਿ ਅਸੀਂ ਛੋਟੇ ਹੁੰਦੇ 90s 'ਚ ਛੋਟੇ ਛੋਟੇ ਹੁੰਦੇ ਗਾਣੇ ਸੁਣੇ ਅਤੇ ਅੱਜ ਤੱਕ ਯਾਦ ਨੇ, ਹੈ ਨਾ। ਹੁਣ ਜਿਹੜੇ ਵੀ ਗਾਣੇ ਆਉਂਦੇ ਨੇ, ਜੇ ਮਿਊਜ਼ਿਕ ਦੀ ਗੱਲ ਕੀਤੀ, ਅੱਜ ਸੁਣਿਆ ਹਫ਼ਤਾ ਕੁ ਵੱਜਿਆ ਗੱਡੀ 'ਚ ਅਤੇ ਫਿਰ ਖਤਮ ਹੋ ਜਾਂਦਾ ਤਿਉਹਾਰ, ਹੈ ਨਾ। ਬਿਲਕੁਲ ਜੀ, ਉਹਨਾਂ ਦਾ ਹਰੇਕ ਦਾ ਆਪਣਾ ਢੰਗ ਹੈ। ਮੈਂ ਇਹ ਇਹ ਗੱਲ ਨਾਲ ਥੋੜ੍ਹੀ ਜਿਹਾ ਬਹੁਤ ਸਹਿਮਤ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਬੱਚੇ ਆ ਉਹ ਆਪਾਂ ਕਾਫੀ ਉਹਨਾਂ ਨੂੰ ਸਟ੍ਰੈਸ ਪੜ੍ਹਾਈ ਦੀ ਇਹ ਉਹ ਪੰਜਾਬੀ ਤੋਂ। ਮੇਰੇ ਖਿਆਲ ਦੇ ਵਿੱਚ ਕਿਸੇ ਸੂਝਵਾਨ ਲੇਖਕ ਦੇ ਇਹ ਸ਼ਬਦ ਨੇ ਕਿ ਜਿਹੜੇ ਘਰ ਦੇ ਵਿੱਚ ਲਾਇਬ੍ਰੇਰੀ ਨਾ ਹੋਵੇ, ਮੈਨੂੰ ਲੱਗਦਾ ਵੀ ਉਹ ਘਰ ਦੇ ਕਮਰੇ ਵੱਧ ਹੋਣ, ਸੋਹਣੇ ਹੋਣ, ਪਰ ਉਹ ਘਰ ਘਰ ਨਹੀਂ ਮੰਨਦੇ। ਸਾਡੇ ਬੱਚੇ ਸਾਹਿਤ ਤੋਂ ਦੂਰ ਹੋ ਰਹੇ ਨੇ, ਅੱਗੇ ਪੁਰਾਣੀਆਂ ਅਖਾਉਣਾ ਹੁੰਦੀਆਂ। ਮੈਂ ਅਕਸਰ ਗੱਲ ਕਰਦਾ ਵੀ ਸਿਆਣੇ ਦਾ ਕਿਹਾ ਔਲੇ ਦਾ ਖਾਧਾ, ਆਪਾਂ ਬੋਲ ਦਿੰਦੇ ਸਮਝ ਜਾਂਦੇ ਵੀ ਕੀ ਸਿਆਣੇ ਨੇ ਉਹ ਜ਼ਿੰਦਗੀ ਜਿਉਂ ਲਈ ਹੈ, ਉਹਨੂੰ ਤਜਰਬੇ ਹੁੰਦੇ ਨੇ ਜਿਹੜੇ ਬੰਦਾ ਗਿਆ ਹੁੰਦਾ, ਤੇ ਔਲੇ ਦਾ ਖਾਧਾ ਸਿਹਤ ਲਈ ਚੰਗਾ, ਤੇ ਹੁਣ ਉਹ ਬੱਚਿਆਂ ਨੂੰ ਦੱਸਣਾ ਪੈਂਦਾ ਵੀ ਇਹ ਕੀ ਹੈ ਜੀ, ਕੀ ਹੈ, ਹੁਣ ਤਾਂ ਬਸ ਗੂਗਲ ਬਾਬਾ ਹੀ ਹੈ ਬਸ। ਬਸ ਇਹ ਹੈ ਕਿ ਉਹ ਇਸ ਕਰਕੇ ਉਹਨਾਂ ਨੂੰ ਸ਼ਬਦਾਂ ਦਾ ਤਾਂ ਕੋਈ ਬਾਹਲਾ ਗੱਲ ਸਹਿਮਤਾਂ ਕਈ ਵਾਰ ਪਤਾ ਹੀ ਨਹੀਂ ਹੁੰਦਾ ਵੀ ਕੀ ਹੈ ਕੀ ਨਾ, ਬਸ ਮਿਊਜ਼ਿਕ ਚੱਲ ਰਿਹਾ, ਜੋ ਵੀ ਚੱਲੇ ਉਹ 'ਤੇ ਨੱਚੀ ਜਾਓ, ਚਾਹੇ ਕੋਈ ਤੁਹਾਡਾ ਮੈਚ ਕਰਦਾ ਤੁਹਾਡੀ ਗੱਲਬਾਤ ਨਾਲ ਉਹ, ਜਾਂ ਤੁਹਾਨੂੰ ਉੱਥੇ ਉਹ ਲੈਵਲ ਦਾ ਨਹੀਂ ਪਰ ਜੋ ਡੀਜੇ ਤੇ ਲਾਤਾ ਤਾਂ ਨੱਚੀ ਚੱਲੋ, ਹੈ ਨਾ ਵੀ, ਪਰ ਪਤਾ ਨਹੀਂ ਲੱਗਦਾ। ਪਰ ਉਹ ਵੀ ਫਿਰ ਲਾਈਫ ਵੀ ਘੱਟ ਹੈ ਨਾ, ਹਫ਼ਤਾ ਕੁ ਸੁਣਿਆ, ਹਫ਼ਤਾ 10 ਦਿਨ, ਫਿਰ ਨਵਾਂ ਆ ਗਿਆ ਗਾਣਾ ਖਤਮ, ਬੋਲ ਵੀ ਯਾਦ ਨਹੀਂ। ਮੈਂ ਜਿਵੇਂ ਕਿਹਾ ਛੋਟੇ ਹੁੰਦੇ ਕੋਈ ਗਾਣਾ ਆਉਂਦਾ ਸੀ ਸਾਨੂੰ ਪੂਰਾ ਪੂਰਾ ਗਾਣਾ ਯਾਦ ਹੁੰਦਾ ਸੀ, ਹੈ ਨਾ, ਅੱਜ ਦੇ ਟਾਈਮ ਦੇ ਵਿੱਚ ਤਾਂ ਬਿਲਕੁਲ ਨਹੀਂ। ਕਿਸਮਤ ਆ ਜੀ, ਸਾਰੇ ਵਿਚਾਰੇ ਚੱਲੀ ਜਾਂਦੇ ਆ, ਕਈ ਦਾ ਕਈ ਸਿੱਖੇ ਹੋਏ ਵੀ ਵਿਚਾਰੇ ਪਿੱਛੇ ਰਹਿ ਜਾਂਦੇ ਆ, ਸਾਡੇ ਵਰਗੇ ਬਿਨਾਂ ਸਿੱਖਿਆ ਦੇ ਵੀ ਗਾਣੇ ਚੱਲ ਗਏ। ਹਰ ਇੱਕ ਦਾ ਮੌਕਾ ਪਰਮਾਤਮਾ ਦਿੰਦਾ ਅਤੇ ਬਾਕੀ ਹੁੰਦੀ ਹੈ ਚੁਆਇਸ ਤੁਹਾਡੀ ਹੈ ਕਿ ਤੁਸੀਂ ਕੀ ਸੁਣਨਾ, ਕਿਉਂਕਿ ਮਾਰਕੀਟ ਬਹੁਤ ਵੱਡੀ, ਉਹਦੇ ਵਿੱਚ ਆਪਾਂ ਦੇਖਦੇ ਹਾਂ ਆਪਾਂ ਕੀ ਲੈ ਕੇ ਜਾਣਾ। ਜਿਵੇਂ ਨਸ਼ਿਆਂ ਦੀ ਗੱਲ ਆ, ਮੈਂ ਕਿਹਾ ਠੇਕੇ ਤਾਂ ਪਹਿਲਾਂ ਵੀ ਹੁੰਦੇ ਹੋਣੇ, ਜਾਂ ਨਸ਼ੇ ਪੱਤੇ, ਆਪਾਂ ਜ਼ਰੂਰੀ ਨਹੀਂ ਵੀ ਹੁਣ ਸਾਰੇ ਲੋਕ ਨਸ਼ੇ ਕਰਦੇ ਆ ਜਾਂ ਕਹੇ, ਪਰ ਚੁਣਨਾ ਤੁਹਾਡੇ ਹੱਥ ਤੁਹਾਡੇ ਹੁੰਦਾ, ਉਹ ਗਾਣੇ ਜਿਹੋ ਜਿਹਾ ਉਹਨਾਂ ਦੀ ਸੋਚ ਹੁੰਦੀ ਹੈ ਉਹੋ ਜਿਹਾ ਅਗਲਾ ਚੂਜ਼ ਕਰਦਾ ਸਾਡੇ। ਪਰ ਜਿਹੜੇ ਗਾਣੇ ਆ, ਮੈਂ ਆਪਣੀਓ ਗੱਲ ਕਰੂੰਗਾ ਕਿ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਕਿ ਚੰਗਾ ਕੰਮ ਕਰਕੇ ਜੋ ਸਕੂਨ ਮਿਲਦਾ ਮੈਨੂੰ, ਲੋੜ ਹੀ ਨਹੀਂ ਪੈਂਦੀ ਵੀ ਕੋਈ ਸਹੀ ਦਾ ਆਪਾਂ ਕਰੀਏ, ਅਤੇ ਮੇਰੇ ਨਾਲ ਜਿੱਦਾਂ ਮੇਰੇ ਚਾਹੁਣ ਵਾਲੇ ਜੁੜੇ ਹੋਏ ਆ ਵੀ ਹੁਣ ਤੱਕ ਬਾਬੇ ਦੀ ਕਿਰਪਾ ਨਾਲ, ਆਸ ਰੱਖਦਾ ਕਿ ਲੰਮੇ ਸਮੇਂ ਤੱਕ ਇਹਦੀ ਪਿਆਰ ਦਿੰਦੇ ਰਹਿਣਗੇ। ਬਿਲਕੁਲ ਜੀ, ਬਿਲਕੁਲ। ਸੋ ਆਈ ਹੋਪ ਕਿ ਇੱਦਾਂ ਹੀ ਬਹੁਤ ਸਾਲਾਂ ਤੱਕ ਤੁਸੀਂ ਇੱਦਾਂ ਹੀ ਐਸਟੈਬਲਿਸ਼ ਰਹੋ। ਪਰ ਸ਼ੋਅ 'ਚ ਇੱਕ ਛੋਟਾ ਜਿਹਾ ਬ੍ਰੇਕ ਲੈਣ ਦਾ ਵੇਲਾ ਹੋ ਗਿਆ ਜੀ, ਸੋ ਬ੍ਰੇਕ ਲੈ ਰਹੀ ਹਾਂ, ਅਤੇ ਪਰ ਤੁਸੀਂ ਨੰਬਰ ਡਾਇਲ ਕਰਕੇ ਲਾਈਵ ਜਿਹੜੀ ਹੈ ਗੱਲਬਾਤ ਤੁਹਾਨੂੰ ਪਤਾ ਹੀ ਹੈ ਜੀ, ਤੁਸੀਂ ਹਰਜੀਤ ਹਰਮਨ ਹੋਣਾ ਜੀ ਦੇ ਨਾਲ ਵੀ ਕਰ ਸਕਦੇ ਹੋ, ਜੋ ਅੱਜ ਸਾਡੇ ਨਾਲ ਸਪੈਸ਼ਲ ਗੈਸਟ ਨੇ। ਸੋ ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਜਲਦੀ ਜਲਦੀ ਵਾਪਸ ਆਈ। ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਜੀ ਡੇਲੀ ਡੋਸ ਦੇ ਵਿੱਚ, ਅਤੇ ਅੱਜ ਸਾਡੇ ਨਾਲ ਬਾ ਕਮਾਲ ਸਿੰਗਰ ਹਰਜੀਤ ਹਰਮਨ ਜੀ ਸਾਡੇ ਨਾਲ ਨੇ। ਗਾਣਾ ਉਹਨਾਂ ਦਾ ਸੁਪਰ ਡੁਪਰ ਹਿੱਟ ਹੋਇਆ, ਤੁਹਾਨੂੰ ਸੁਣਾਇਆ, ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਜੀ ਸਾਡੇ ਵੱਲੋਂ ਜੀ, ਫੇਰ ਸਵਾਗਤ ਸਾਰਿਆਂ ਦਾ ਜੀ। ਸੋ ਤੁਸੀਂ ਵੀ ਜੀ ਛੇਤੀ ਛੇਤੀ ਨੰਬਰ ਡਾਇਲ ਕਰ ਲਓ, ਗੱਲਬਾਤ ਕਰਨਾ ਚਾਹੁੰਦੇ ਹੋ ਅਤੇ ਛੇਤੀ ਛੇਤੀ ਨੰਬਰ ਡਾਇਲ ਕਰੋ, ਅਤੇ ਆਪਣੀ ਮਰਜ਼ੀ ਦਾ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਅਤੇ ਉਹ ਵੀ ਅੱਜ ਲਾਈਵ ਜਿਹੜਾ ਸੁਣਨ ਦਾ ਤੁਹਾਨੂੰ ਮੌਕਾ ਮਿਲੇਗਾ। ਅੱਛਾ, ਗੱਲ ਕਰੀਏ, ਹੁਣ ਬਹੁਤ ਸਾਲ ਹੋ ਗਏ ਨੇ ਤੁਹਾਨੂੰ ਆਏ, ਅਤੇ ਕਿੱਦਾਂ ਤੁਸੀਂ ਐਂਟਰ ਕਿੱਦਾਂ ਹੋਏ ਇਸ ਇੰਡਸਟਰੀ ਦੇ ਵਿੱਚ? ਹਾਂਜੀ, ਫਿਰ ਗੱਲ ਜਾ ਕੇ ਪ੍ਰਗਟ ਬਾਈ ਉਹਨਾਂ ਨਾਲੇ ਜੁੜ ਜਾਂਦੀ ਹੈ ਮੇਰੀ। ਮੈਂ ਮਸਤਵਾਣੇ ਕਾਲਜ ਦੇ ਵਿੱਚ ਡੀ ਫਾਰਮੇਸੀ ਦਾ ਉੱਥੇ ਕਾਲਜ ਹੈ, ਉੱਥੇ ਫਾਰਮੇਸੀ ਕਰਨ ਗਿਆ ਸੀ। ਅੱਛਾ, ਅਤੇ ਸੋਚਿਆ ਕਿ ਬੇਰੁਜ਼ਗਾਰੀ ਦਾ ਕੋਈ ਸਾਧਨ ਵੀ ਅੱਗੇ ਭਵਿੱਖ ਬਾਰੇ ਸੋਚੀਏ ਕਿ ਫਾਰਮੇਸੀ ਉਹ ਕਰ ਲਈਏ, ਮੈਡੀਕਲ ਸਟੋਰ ਹੋਊ ਜਾਂ ਕੁਛ ਹੋਰ ਇੱਦਾਂ ਦਾ। ਅਤੇ ਗਾਉਣ ਦਾ ਮੈਨੂੰ ਸ਼ੌਕ ਸੀ, ਮੈਂ ਉੱਥੇ ਕਾਲਜ ਦੇ ਵਿੱਚ ਗਾਉਂਦਾ, ਉੱਥੇ ਪ੍ਰਗਟ ਸਿੰਘ ਹੋਰੀ ਸੀਗੇ ਪ੍ਰੈਸ ਰਿਪੋਰਟਰ। ਅੱਛਾ, ਹਾਂ, ਅਤੇ ਇਹਨਾਂ ਦਾ ਗੇੜਾ ਲੱਗਦਾ ਰਹਿੰਦਾ,
ਇਹਨਾਂ ਦਾ ਮੇਰਾ ਮੇਲ ਕਰਾਇਆ ਸਾਡੇ ਅਲੀ ਅਕਬਰ ਜੀ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮਿਊਜ਼ਿਕ ਦੀਆਂ ਸੇਵਾਵਾਂ ਨਿਭਾ ਰਹੇ ਨੇ ਅੱਜ ਕੱਲ੍ਹ। ਉਹ ਮੈਨੂੰ ਜਾਣਦੇ ਸੀ, ਉਹਨਾਂ ਨੇ ਮੈਨੂੰ ਫਿਰ ਪ੍ਰਗਟ ਸਿੰਘ ਨਾਲ ਮੇਲ ਕਰਾਇਆ। ਮੈਂ ਕਿਹਾ ਵੀ ਮੈਂ ਤਾਂ ਜੀ ਪੜ੍ਹਦੇ ਹੀ ਮਸਤ ਤੋਂ ਆਉਣੇ ਆ ਤੁਹਾਡੇ ਪਿੰਡ ਦੇ ਕੋਲ, ਫਿਰ ਸਾਡਾ ਆਪਸ ਵਿੱਚ ਮਿਲਣਾ ਗਿਲਣਾ ਸ਼ੁਰੂ ਹੋ ਗਿਆ। ਅਤੇ ਉਦੋਂ ਮੈਂ ਵੀ ਘਰੋਂ ਫ੍ਰੀ ਹੁੰਦਾ ਸੀ, ਮੈਂ ਇਹਨਾਂ ਕੋਲ ਰਹਿਣਾ ਸ਼ੁਰੂ ਕਰਤਾ। ਵੀ ਜਦੋਂ ਇਹਨਾਂ ਦੀ ਮਿਊਜ਼ਿਕ ਦੀ ਲਾਈਨ ਨਾਲ ਕਾਫੀ ਲੋਕਾਂ ਨਾਲ ਮੇਲ ਹੋਇਆ, ਉਦੋਂ ਬਚਨ ਬੇਦਲ ਹੋਰੀ ਵੀ ਉੱਥੇ ਉਹਨਾਂ ਗਾਣੇ ਬਹੁਤ ਚੱਲਦੇ ਸੀਗੇ, ਅਤੇ ਪ੍ਰਗਟੂਰੀ ਵੀ ਫਿਰ ਮੈਂ ਕਿਹਾ ਵੀ ਮੇਰੀ ਵੀ ਕੈਸਟ ਕਰੋ, ਮੇਰਾ ਵੀ ਸੁਪਨਾ ਇੱਦਾਂ ਹੈ, ਮੈਂ ਸੁਣਿਆ ਕਰਦਾ। ਅਤੇ ਬਸ ਉੱਥੋਂ ਜੀ ਉਹ ਮੇਲ ਹੋਇਆ ਮਸਤ ਤੁਹਾਨੂੰ ਪੜ੍ਹਦੇ ਹੋਏ, ਹੈ ਨਾ। ਹਾਂ ਸੋ ਪਰ ਤੁਹਾਨੂੰ ਕੀ ਲੱਗਦਾ ਕਿ ਉਸ ਟਾਈਮ ਐਂਟਰ ਕਰਨਾ ਈਜ਼ੀ ਸੀਗਾ? ਨਹੀਂ ਜੀ, ਸੰਘਰਸ਼ ਹੈ ਜਿਹੜਾ ਤਾਂ ਹਮੇਸ਼ਾ ਹੀ ਆਹੀ ਰੌਲਾ ਰੱਪਾ ਪੈਂਦਾ ਰਿਹਾ, ਕਿਉਂਕਿ ਬੰਦੇ ਨੂੰ ਤਾਂ ਪਰਮਾਤਮਾ ਦੀ ਉਹ ਗੁਰਬਾਣੀ ਦੀਆਂ ਲਾਈਨਾਂ ਸਾਹਿਬ ਹੱਥ ਵਡਿਆਈਆਂ, ਜਿਸ ਭਾਵੇ ਤਿਸ ਦੇ। ਅਤੇ ਜੇ ਮੈਨੂੰ ਲੱਗਦਾ ਕੋਈ ਵੀ ਕਲਾਕਾਰ ਮੈਨੂੰ ਨਹੀਂ ਲੱਗਦਾ ਹੁੰਦਾ ਜਿੱਥੇ ਤੱਕ ਪਹੁੰਚ ਜਾਂਦਾ, ਫਿਰ ਉਹਨੂੰ ਉਹ ਸੋਚਦਾ ਹੋਣਾ, ਕਿਉਂਕਿ ਬਹੁਤ ਔਖਾ ਹੁੰਦਾ। ਅਤੇ ਬਾਬੇ ਦੀ ਕਿਰਪਾ ਨਾਲ ਸਾਡਾ ਫਿਰ ਗਾਣਾ ਮਿੱਤਰਾਂ ਦਾ ਨਾਂ ਚੱਲਦਾ, ਜਦੋਂ ਚੱਲ ਗਿਆ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ ਬਾਹਰ ਵਿਦੇਸ਼ਾਂ ਤੋਂ, ਅਮੈਰੀਕਾ ਕੈਨੇਡਾ ਪ੍ਰਮੋਟਰਾਂ ਦੇ ਆ ਕੇ, ਫਿਰ ਮੈਨੂੰ ਲੱਗਿਆ ਕਿ ਉਦੋਂ ਪਤਾ ਹੀ ਨਹੀਂ ਸੀ ਹੁੰਦਾ ਸਾਨੂੰ ਵੀ ਸਾਡਾ ਗਾਣਾ ਅਮੈਰੀਕਾ 'ਚ ਵੀ ਚੱਲ ਰਿਹਾ ਜਾਂ ਕੈਨੇਡਾ, ਕਿਉਂਕਿ ਸਾਧਨ ਬੜੇ ਘੱਟ ਹੁੰਦੇ ਸੀ, ਉਹ ਲੈਂਡਲਾਈਨ ਨੰਬਰ ਆਪਣਾ ਸੋਸ਼ਲ ਮੀਡੀਆ ਨਹੀਂ ਸੀ ਅੱਜ ਨਹੀਂ ਸੀ, ਹੁਣ ਤਾਂ ਫਿਰ ਸਾਨੂੰ ਜਾ ਕੇ ਬਾਹਰ ਪਤਾ ਲੱਗਦਾ। ਆਖਰ ਨੂੰ ਹਿੱਟ ਤਾਂ ਉਹੀ ਹੁੰਦਾ ਸੀ ਜੋ ਪੰਜਾਬ 'ਚ ਹੁੰਦਾ ਸੀ, ਉਹੀ ਸੇਮ ਜਗ੍ਹਾ ਉੱਥੇ ਇੱਥੋਂ ਹਵਾ ਪਹੁੰਚਦੀ ਗਾਣੇ ਦੀ। ਅਤੇ ਫਿਰ ਮੈਨੂੰ ਮੈਂ ਪ੍ਰਗਟੂਰੀ ਵੀ ਬਾਈ ਮੇਰੇ ਨਾਲ ਹੀ ਸੀਗੇ, 2005 ਦੇ ਵਿੱਚ ਅਸੀਂ ਅਮੈਰੀਕਾ ਦਾ ਟੂਰ ਕੀਤਾ। ਅਤੇ ਫਿਰ ਉਸ ਤੋਂ ਬਾਅਦ ਗਾਣੇ ਬਾਬੇ ਦੀ ਕਿਰਪਾ ਨਾਲ, ਇਹ ਸਾਡੀ ਲਾਈਨ ਦੇ ਵਿੱਚ ਹਰ ਪਲ ਸੰਘਰਸ਼ ਆ ਵੀ ਤੁਹਾਡਾ ਗਾਣਾ ਚੱਲਣਾ ਹੀ ਚਾਹੀਦਾ। ਇੱਕ ਟੇਪ ਹਿੱਟ ਹੋਈ ਹੁਣ ਜੀ, ਆ ਦੂਜੀ ਨਹੀਂ ਚੱਲੀ, ਫਿਰ ਹੁਣ ਤੀਜੀ ਦਾ ਕੀ ਕਰੀਏ, ਇਹ ਵੀ ਚਲਾਓ ਜੀ। ਅੱਛਾ, ਫਿਰ ਉੱਥੇ ਹੀ ਆ ਜਾਂਦਾ ਬੰਦਾ, ਮੈਨੂੰ ਲੱਗਦਾ ਜਿੱਥੋਂ ਚੱਲਿਆ ਹੁੰਦਾ ਬਿਲਕੁਲ, ਮਤਲਬ ਆਪਣੇ ਆਪ ਨੂੰ ਕੰਟੀਨਿਊ ਰੱਖਣ ਲਈ ਕੁਛ ਨਾ ਕੁਛ, ਆਪਣੇ ਚਾਹੁਣ ਵਾਲਿਆਂ ਦੀ ਪਸੰਦ ਦੇ ਮੁਤਾਬਕ ਕੁਛ ਨਾ ਕੁਛ ਕਰਦੇ ਰਹੋ। ਅਤੇ ਇਹ ਗਾਣਾ ਜਿਹੜਾ ਮੇਰਾ ਜੱਟ 24 ਕੈਰਟ ਦਾ ਹਿੱਟ ਗਾਣਾ ਸੀ, ਉਹ 2016-17 ਦੇ ਵਿੱਚ ਆਇਆ ਮੇਰੇ ਖਿਆਲ ਦੇ ਵਿੱਚ, ਹੁਣ 2-3 ਸਾਲ ਬਾਅਦ ਮੈਂ ਇਹ ਗਾਣਾ ਜਿਹੜਾ ਰਿਲੀਜ਼ ਕੀਤਾ। ਬਿਲਕੁਲ, ਸੋ ਜਿਵੇਂ ਮਿੱਤਰਾਂ ਦਾ ਨਾਂ ਚੱਲਦਾ ਗੱਲ, ਅਸੀਂ ਵੀ ਗਾਣਾ ਇਹ ਬਹੁਤ ਸੁਣਿਆ, ਹੈ ਨਾ। ਅਤੇ ਇਹ ਗਾਣਾ ਤਾਂ ਸੁਪਰ ਡੁਪਰ ਹਿੱਟ ਸੀ, ਮਤਲਬ ਕਿ ਹਰ ਕਿਸੇ ਦੀ ਜ਼ੁਬਾਨ 'ਤੇ ਜਿਹੜਾ ਚੜ ਗਿਆ ਸੀ। ਅਤੇ ਜਿਵੇਂ ਅੱਜ ਕੱਲ੍ਹ ਹੁੰਦਾ ਨਾ ਵੀ ਕਮੈਂਟ ਮਾਰਨਾ, ਹਰ ਕੋਈ ਘਰ ਦੇ ਵਿੱਚ ਵੀ ਸੀਗਾ, ਜਿੱਥੇ ਮਰਜ਼ੀ ਸੂਟ ਲੈ ਮਿੱਤਰਾਂ ਦਾ ਨਾਂ ਚੱਲਦਾ, ਹੈ ਨਾ। ਅਤੇ ਇਹ ਗਾਣਾ ਹੋ ਜਾਵੇ 2 ਲਾਈਨਾਂ ਇਹਦੀਆਂ, ਹੈ ਨਾ। ਹਾਂਜੀ ਹਾਂ, ਮੇਰੇ ਤਾਂ ਜਿਵੇਂ ਇੱਕ ਸਿੰਗਰ ਦੇ ਨਾਲ ਜੁੜ ਜਾਂਦਾ ਨਾ ਕੁਛ। ਹਾਂ ਬਿਲਕੁਲ, ਹੁਣ ਜਿਵੇਂ ਕੋਈ ਵੀ ਸਾਡੇ ਫੀਲਡ ਦਾ ਕਲਾਕਾਰ ਆਪਾਂ ਲਈਏ ਤਾਂ ਉਹਦੇ ਨਾਲ ਇੱਕ ਗਾਣਾ ਜ਼ਰੂਰ ਜੁੜਿਆ ਹੋਣਾ। ਹਾਂ, ਦਲੇਰ ਮਹਿੰਦੀ ਸਾਹਿਬ ਨਾਲ ਜੁੜਿਆ ਤਾਰਾ ਰਾਰਾ, ਚਾਹੇ ਲੱਖ ਗਾਣੇ ਹਿੱਟ ਹੋ ਗਏ, ਪਰ ਜੋ ਇੱਕ ਮਲਕੀਤ ਬਾਈ ਉਹਨਾਂ ਦੇ ਛੋਟੇ ਹੁੰਦੇ ਸੀ, ਆ ਤੂਤਕ ਤੂਤਕ ਤੂਤੀਆਂ, ਮੈਨੂੰ ਲੱਗਦਾ ਉਦਾਂ ਮਿੱਤਰਾਂ ਦਾ ਨਾਂ ਚੱਲਦਾ, ਮੈਨੂੰ ਜਿੱਥੇ ਪਹਿਚਾਣ ਮੇਰੀ ਨਾ ਕੋਈ ਸਮਝੇ ਛੇਤੀ, ਤਾਂ ਮੈਂ ਫਿਰ ਗਾਣੇ ਤੋਂ ਦੱਸਦਾ। ਮੈਂ ਇਹੀ ਤੋਂ ਦੱਸਣ ਲੱਗੀ ਸੀਗੀ ਕਿ ਮੈਨੂੰ ਮਿਲੇ, ਹੈ ਨਾ, ਮੈਂ ਅੱਜ ਆਉਣ ਲੱਗੀ ਅਤੇ ਮੈਂ ਕਿਹਾ ਵੀ ਕਹਿੰਦੇ ਮੈਂ ਕਿਹਾ ਇੰਟਰਵਿਊ ਆ, ਹੈ ਨਾ, ਕੋਈ ਮਿਲਿਆ ਮੈਨੂੰ, ਅਤੇ ਉਹ ਪੰਜਾਬ ਘੱਟ ਸੁਣਦੇ ਨੇ, ਕਿ ਮੈਂ ਕਿਹਾ ਹਰਜੀਤ ਹਰਮਨ ਜੀ ਆ ਰਹੇ ਨੇ, ਕਹਿੰਦੇ ਅੱਛਾ ਉਹ ਮਿੱਤਰਾਂ ਦੇ ਨਾਮ ਵਾਲੇ, ਸੋ ਇੱਕ ਪਹਿਚਾਣ ਬਣ ਜਾਂਦੀ ਉਸ ਚੀਜ਼ ਤੋਂ, ਹੈ ਨਾ। ਲਓ ਜੀ, ਮੈਂ ਯਾਰੀ ਯਾਰਾਂ ਦੀ ਕਿਤੇ ਅਜਮਾਲੀ ਨੀ, ਮਿੱਤਰਾਂ ਦਾ ਨਾਂ ਚੱਲਦਾ, ਜਿੱਥੋਂ ਮਰਜ਼ੀ ਪੰਗਾ ਚਿੜਵਾਲੀ ਨੀ, ਮਿੱਤਰਾਂ ਦਾ ਨਾਂ ਚੱਲਦਾ, ਸਦਰ ਬਾਜ਼ਾਰ ਵਾਲੇ ਜਿੰਨੇ ਨੇ ਬਜਾਜਨੀ, ਜੱਟ ਦੀ ਹੈ ਉਹਨਾਂ ਨਾਲ ਪੈਸੇ ਵਾਲੀ ਸਾਂਝਨੀ, ਜਿੱਥੋਂ ਮਰਜ਼ੀ ਸੂਟ ਬਣਵਾਲੀ ਨੀ, ਮਿੱਤਰਾਂ ਦਾ ਨਾਂ ਚੱਲਦਾ, ਜਿੱਥੋਂ ਮਰਜ਼ੀ ਪੰਗਾ ਚਿੜਵਾਲੀ ਨੀ, ਮਿੱਤਰਾਂ ਦਾ ਨਾਂ ਚੱਲਦਾ। ਅੱਛਾ, ਕਿਸੇ ਨੇ ਵੈਸੇ ਨਾਮ ਤੇ ਸੂਟ ਸਾਟ ਪੜਵਾਏ ਕਿ ਨਹੀਂ? ਨਾ, ਬਾਬੇ ਦੀ ਕਿਰਪਾ ਨਾਲ ਮੈਂ ਅਕਸਰ ਇਹ ਕੁਐਸਚਨ ਹੋ ਜਾਂਦਾ, ਮੈਂ ਕਹਿੰਦਾ ਕਿ ਆਪਾਂ ਸ਼ੁਰੂ ਤੋਂ ਹੀ ਇੱਦਾਂ ਦਾ ਆਪਣੇ ਆਪਾਂ ਨੂੰ ਆਪਣੇ ਪੇਰੈਂਟਸ ਵੀ ਇੱਦਾਂ ਦਾ ਬਣਾਉਂਦੇ ਕਿ ਬੱਚੇ ਦਾ ਸਾਡੇ ਦਾ ਨਾਂ ਚੱਲੇ, ਮਤਲਬ ਇੱਜ਼ਤ ਹੋਵੇ ਕਿਸੇ ਵੀ ਫੀਲਡ ਦੇ ਵਿੱਚ ਹੋਵੇ, ਨਾਂ ਚੱਲਦਾ ਰਹਿੰਦਾ ਜੇ ਬੰਦੇ ਦਾ ਹਿਸਾਬ ਕਿਤਾਬ ਸਿਸਟਮ ਠੀਕ ਚੱਲੀ ਜਾਵੇ। ਜੇ 2 ਵਾਰ ਆਧਾਰ ਲਿਆਉਂਦਾ ਤਾਂ 3ਜੀ ਵਾਰ ਨਹੀਂ ਮਿਲਣਾ ਮੇਰੇ ਖਿਆਲ ਦੇ ਵਿੱਚ। ਚੱਲਣਾ ਤੁਹਾਡੇ ਸਹੀ, ਤੁਸੀਂ ਕਿਸੇ ਨਾਲ ਵਰਤਾਓ ਕਰਦੇ ਹੋ, ਫਿਰ ਬਾਬੇ ਦੀ ਕਿਰਪਾ ਨਾਲ ਨਾਮ ਚੱਲੀ ਨਾਮ ਚੱਲ ਜਾਂਦਾ। ਬਿਲਕੁਲ, ਮੈਂ ਤਾਂ ਪੁੱਛਿਆ, ਮੈਂ ਕਿਹਾ ਵੀ ਹੁਣ ਵੀ ਜੇ ਮੈਂ ਕਿਤੇ ਜਾਵਾਂ ਜੂਵਾਂ ਤਾਂ ਨਾਮ ਲੈ ਕੇ ਵੀ ਲੈ ਸਕਦੀ ਹਾਂ ਕੋਈ ਚੀਜ਼? ਹਾਂਜੀ, ਹੁਣ ਮੇਰੀ ਮੰਨ ਲੈਂਦੇ, ਖੈਰ ਜੇ ਮੈਂ ਕਹਿੰਦਾ ਕਿ ਬਾਬੇ ਦੀ ਕਿਰਪਾ ਕਿ ਹਰਜੀਤ ਹਰਮਨ ਹੈ ਨਾ, ਇੱਜ਼ਤ ਮਾਣ ਮੈਨੂੰ ਮਿਲਦਾ, ਇਸ ਕਰਕੇ ਬਾਬੇ ਨੇ ਸੁਣ ਲਈ ਕਿ ਨਾਂ ਵੀ ਚਲਾਇਆ ਬਹੁਤ। ਬਿਲਕੁਲ, ਵਾਕਈ ਨਾਮ ਇਸ ਤੋਂ ਬਾਅਦ ਤਾਂ ਪੂਰਾ ਨਾਮ ਚੱਲਿਆ ਹੈਗਾ ਮਿੱਤਰਾਂ ਦਾ। ਬਿਲਕੁਲ, ਅਤੇ ਅੱਛਾ ਜਿਵੇਂ ਤੁਹਾਡੀ ਪਹਿਲਾ ਗਾਣਾ ਆਇਆ ਸੀਗਾ ਨਾ ਕੁੜੀ ਚਿਰਾ ਤੋਂ ਵਿਛੜੀ, ਹੈ ਨਾ, ਹੈ ਨਾ, ਇਹ ਤੋਂ ਸ਼ੁਰੂਆਤ ਹੋਈ, ਅਤੇ ਉਹ ਤੋਂ ਲੈ ਕੇ ਹੁਣ ਤੱਕ ਦਾ ਦੌਰ ਕਿੱਦਾਂ ਦਾ ਗਿਆ ਤੁਹਾਡਾ? ਦੌਰ ਵਧੀਆ ਰਿਹਾ ਜੀ। ਉਹ ਕੈਸਟ ਦੇ ਵਿੱਚ ਸਾਡਾ ਇਹ ਸੀਗਾ ਕਿ ਸਾਡੀ HMB ਮਾਸਟਰਸ ਬੋਇਜ਼ ਜਿਹੜੀ ਕੰਪਨੀ ਸੀਗੀ, ਬਹੁਤ ਵਰਲਡ ਲੈਵਲ ਦੀ ਸੀ, ਸਾਨੂੰ ਉਹਦੇ ਵਿੱਚ ਬ੍ਰੇਕ ਮਿਲੀ। ਉਦੋਂ ਮੈਨੂੰ ਇਹ ਤਾਂ ਇਹ ਹੈ ਨਹੀਂ ਸੀ ਵੀ ਮੇਰਾ ਗਾਣਾ ਚੱਲੇ ਜਾਂ ਨਾ ਚੱਲੇ, ਮੈਨੂੰ ਤਾਂ ਇਹ ਬੜਾ ਚਾਅ ਸੀ ਵੀ ਗਾਣਾ, ਕੁੱਤਾ ਕੰਪਨੀ ਕਹਿੰਦੇ ਹੁੰਦੇ ਕੁੱਤੇ ਵਾਲੀ ਸਾਡੇ ਪੰਜਾਬ ਦੇ ਵਿੱਚ ਜ਼ਿਆਦਾਤਰ ਨੂੰ, ਅਤੇ ਉਹਦੇ ਵਿੱਚ ਮੈਨੂੰ ਬ੍ਰੇਕ ਮਿਲੀ ਅਤੇ ਲੋਕਾਂ ਦੇ ਨੋਟਸ ਦੇ ਵਿੱਚ ਆਇਆ ਵੀ ਇਹ ਬੰਬੇ ਵਾਲੀ ਕੰਮ ਕਿੱਦਾਂ ਇੱਥੇ, ਉਹ 'ਚ ਥੋੜ੍ਹਾ ਜਿਹਾ ਮੇਰਾ ਨੋਟਸ ਲਿਆ ਗਿਆ ਕਿ ਉਹ
ਹਾਈ ਲੈਵਲ ਦੀ ਕੰਪਨੀ 'ਚ ਫ੍ਰੀਕੁਐਂਟ। ਉਸ ਤੋਂ ਬਾਅਦ ਫਿਰ ਜਿਹੜੀ ਮੈਂ ਕੈਸਟ ਰਿਲੀਜ਼ ਕੀਤੀ 302 ਬਣ ਜੂ ਸੀਗੀ, ਉਹਦਾ ਗਾਣਾ ਵੀ ਚੱਲ ਗਿਆ ਸੀ, ਉਹ ਵੀ ਬਚਨ ਬੇਦਲ ਉਹਨਾਂ ਦਾ ਹੀ ਗਾਣਾ ਸੀਗਾ ਜੀ। ਅੱਛਾ। ਅਤੇ ਫਿਰ ਉੱਥੇ ਥੋੜ੍ਹਾ ਜਿਹਾ ਲੱਗਿਆ ਕਿ ਮੈਂ ਥੋੜ੍ਹਾ ਜਿਹਾ ਪੈਰ ਧਰ ਲਿਆ, ਕੋਈ ਵੱਡਾ ਨਹੀਂ ਸੀ। ਫਿਰ ਮਿੱਤਰਾਂ ਦਾ ਨਾਂ ਚੱਲਦਾ ਜਦੋਂ ਚੱਲਿਆ, ਫਿਰ ਮੇਰੀ ਗੱਲ ਬਣੀ, ਫਿਰ ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ 'ਚ ਕੀ ਰੱਖਣਾ ਰੱਖਿਆ ਪੰਜੇਬਾਂ ਜਿਹੜੇ ਹੁੰਦੇ ਸੀ, ਆਵਾਜ਼ਾਂ ਦੂਰੋਂ ਮਾਰਦੇ, ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ, ਸਾਡੇ ਦਿਲ ਤੋਂ ਪੁੱਛ ਸੱਜਣਾ ਸੀ, ਕਿਉਂ ਪਰਦੇਸੀ ਹੋਏ, ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ, ਤੇ ਜੱਟ 24 ਕੈਟ ਦਾ ਤੱਕ ਫਿਰ ਪੂਰੀ ਬਾਬੇ ਦੀ ਅੱਜ ਤੱਕ ਜਿੰਨੇ ਵੀ ਹੁਣ ਆਹ ਗਾਣਾ ਜਿਹੜਾ ਆਇਆ ਫਰਦਾਂ, ਜੱਟ ਦੇ ਦਿਲ ਦੀਆਂ ਫਰਦਾਂ ਤੇ ਬੜਾ ਮਨ ਨੂੰ ਸਕੂਨ ਮਿਲਦਾ ਜਦੋਂ ਬਹੁਤ ਮੁਹੱਬਤ ਮਿਲਦੀ ਹੈ। ਬਿਲਕੁਲ ਬਿਲਕੁਲ। ਅੱਛਾ ਵੀ ਮਤਲਬ ਕਿ ਐਸਟੈਬਲਿਸ਼ ਕਰਨਾ ਹਨਾ, ਵੀ ਉਹ ਤੋਂ ਟਾਈਮ ਹੀ ਕੁਛ ਹੋਰ ਸੀਗਾ ਹਨਾ, ਸਿੰਗਿੰਗ ਦਾ ਜੋ ਟਾਈਮ ਹੀ ਕੁਛ ਹੋਰ ਹੈਗਾ, ਔਰ ਆਡੀਅੰਸ ਵੀ ਬਦਲ ਗਿਆ ਕਿਤੇ ਨਾ ਕਿਤੇ। ਹੁਣ ਤੱਕ ਐਸਟੈਬਲਿਸ਼ ਕਰਨਾ ਕਿੰਨਾ ਕੁ ਤੁਹਾਨੂੰ ਈਜ਼ੀ ਲੱਗਾ ਜਾਂ ਕਿਤੇ ਨਾ ਕਿਤੇ ਮੁਸ਼ਕਿਲ ਆਈ ਵਿੱਚ? ਸ਼ੁਰੂ ਦੇ ਵਿੱਚ ਤਾਂ ਬਹੁਤ ਮੁਸ਼ਕਿਲ ਆਉਂਦੀ, ਅਸੀਂ ਕੰਪਨੀਜ਼ ਕੋਲ ਪਹੁੰਚ ਕਰਨੀ, ਸਾਧਨ ਨਾ ਹੁੰਦੇ, ਬੱਸਾਂ 'ਚ ਚੜ੍ਹ ਕੇ ਜਾਣਾ, ਸਾਡੀਆਂ ਗੱਡੀਆਂ ਰਾਤ ਨੂੰ ਖਰਾਬ, ਠੰਡ, ਮੈਂ ਯਾਦ ਆ ਵੀ ਧੁੰਦ ਪਿਆ ਕਰੇ ਕਿਤੇ ਰਾਸਤੇ 'ਚ, ਅਸੀਂ ਸਰਸੇ ਇੱਧਰ ਵੱਲ ਦੀ ਗਏ, ਹੰਸਾਰ ਵੱਲ ਦੀ ਦਿੱਲੀ ਨੂੰ, ਫਿਰ ਰਾਤ ਜਿਹੜੀ ਗੱਡੀ 'ਚ ਕੱਟੀ ਤਿੰਨ ਬੰਦਿਆਂ ਨੇ ਸਾਰੇ, ਉਹ ਇਹੋ ਜਿਹੇ ਸੰਘਰਸ਼ ਤਾਂ ਸੀਗੇ ਕਾਫੀ। ਤੇ ਪਰ ਜੇ ਆਪਾਂ ਬਾਬੇ ਨੇ ਜਦੋਂ ਸੁਣ ਲਈ ਫਿਰ ਉਹ ਤੁਹਾਨੂੰ ਫੀਲ ਹੀ ਨਹੀਂ ਹੁੰਦਾ ਹੁਣ। ਬਿਲਕੁਲ। ਪਰ ਕਿਤੇ ਨਾ ਕਿਤੇ ਜਦੋਂ ਹੁਣ ਫਰਦਾ ਗਾਣਾ ਨਵਾਂ ਆਇਆ ਹਨਾ, ਤੇ ਕਿਤੇ ਨਾ ਕਿਤੇ ਚੇਂਜਸ ਆਏ ਵੀ ਹੁਣ ਇਹਨੂੰ ਵੀ ਹਿੱਟ ਕਰਾਉਣਾ ਤੇ ਕਿੰਨੀ ਮਿਹਨਤ ਹੁੰਦੀ। ਸਾਧਨ ਤਰੀਕੇ ਤੌਰ ਤਰੀਕੇ ਬਦਲ ਜਾਂਦੇ ਨੇ, ਅਖਬਾਰ ਦੀ ਐਡ ਹੁੰਦੀ, ਇੱਕ ਜਲੰਧਰ ਦੂਰਦਰਸ਼ਨ ਦੀ ਫਿਰ ਚੈਨਲ ਆ ਗਏ, ਚੈਨਲ ਦੇ ਜ਼ਰੀਏ ਚੱਲਿਆ। ਪਰ ਹੁਣ ਦਾ ਦੌਰ ਹੈ ਜਿਹੜਾ ਆਉਣ ਵਾਲਾ, ਜੀ ਨਹੀਂ ਪਤਾ ਜੇ ਕਿੰਨਾ ਕੋਸਟਲੀ ਹੋਊਗਾ, ਕਿਉਂਕਿ ਹੁਣ ਜਿਹੜੀਆਂ ਸਾਈਟ ਦੇ ਉੱਤੇ ਰਿਲੀਜ਼ ਕਰਦੇ ਹੋ ਤੁਸੀਂ, ਉਹਦੀ ਵੀ ਪ੍ਰਮੋਸ਼ਨ ਓ ਟੀ ਵੀ ਦੀ ਤਰ੍ਹਾਂ ਹੋ ਗਈ, ਅਤੇ ਆਉਣ ਵਾਲੇ ਦਿਨਾਂ 'ਚ ਜੇ ਵੱਧਦੀਆਂ ਨੇ ਫਿਰ ਇਹ ਚੈਨਲ ਦੀ ਤਰ੍ਹਾਂ ਹੀ ਪੈਸਾ ਖਰਚ। ਪਰ ਦੂਜਾ ਹੁਣ ਗਾਇਕੀ ਅੱਗੇ ਨਾਲੋਂ ਆਸਾਨ ਹੈ, ਕਿਉਂਕਿ ਪੂਰੀ ਟੇਪ ਬਣਾਉਣੀ ਪੈਂਦੀ ਸੀ ਅੱਗੇ। ਹਾਂ, ਪਹਿਲਾਂ ਤੁਸੀਂ ਲਾਓ ਜੀ, ਉਹ ਸਮੇਂ ਦੇ ਵਿੱਚ 10 ਲੱਖ ਦਾ ਤਾਂ ਮਾਸਟਰ 10 ਗਾਣੇ ਤੁਹਾਨੂੰ ਸੀਡੀ ਦੇ ਵਿੱਚ ਪਾਉਣੇ ਪੈਂਦੇ ਸੀ, ਇੱਕ ਨਾਲ ਤਾਂ ਸੀਡੀ ਨਹੀਂ ਵਿਕਣੀ ਸੀ। ਬਿਲਕੁਲ ਬਿਲਕੁਲ। 10 ਗਾਣੇ ਪਾ ਕੇ ਫਿਰ 10 ਦਾ ਮਿਊਜ਼ਿਕ ਅਤੇ ਫਿਰ ਕੁਛ ਵੀਡੀਓ ਅਤੇ ਪੈਸੇ, ਮਤਲਬ 2-3 ਲੱਖ ਦਾ ਲਾਓਗੇ, 20 ਪੈ ਗਿਆ, ਅਤੇ 3 ਗਾਣੇ ਸ਼ੂਟ ਕਰ ਦਿਓ ਜੇ ਤੁਸੀਂ 2-3। ਫਿਰ ਉਹਦੀ ਰਿਲੀਜ਼ਿੰਗ ਦਾ ਪੰਗਾ, ਕਿਉਂਕਿ ਕੰਪਨੀ ਵਾਲੇ ਛੇਤੀ ਨਵੇਂ ਨੂੰ ਖੜਦੇ ਨਹੀਂ ਸੀ ਦਿੰਦੇ, ਜਿਹਦਾ ਬਸ ਨਾਂ ਚੱਲਦਾ। ਸਾਡੇ ਸੀਨੀਅਰ ਆਰਟਿਸਟ ਆਉਂਦੇ ਸੀ, ਸਾਡੀ ਉੱਨੀ ਇੱਜ਼ਤ ਨੀਤੀ ਹੁੰਦੀ ਜਿੰਨੀ ਉਹਨਾਂ ਦੀ ਹੁੰਦੀ ਸੀ, ਅਸੀਂ ਸਾਈਡ 'ਤੇ ਬੈਠਣਾ ਵੀ ਸਾਡਾ ਕਰੋ ਜੀ ਕੁਛ, ਅਤੇ ਫਿਰ ਲਾ ਲਓ 25-30 ਫਿਰ ਗਾਣੇ ਸ਼ੂਟ ਕਰਕੇ ਫਿਰ ਉਹਦੀ ਪ੍ਰਮੋਸ਼ਨ 25-30-35 'ਚ ਉਸ ਸਮੇਂ ਦੇ ਵਿੱਚ ਕੈਸਟ ਦਾ ਵਸਟ ਹੁੰਦਾ ਸੀ। ਅੱਛਾ। ਆਮ ਨੋਰਮਲ ਇੱਕ ਵਾਰੀ ਵਿਚਾਰਾ ਸਿੰਗਰ ਤਿਲਕ ਗਿਆ ਤਾਂ ਇੰਨੇ ਪੈਸੇ ਦੁਬਾਰਾ ਤਾਂ ਮੇਰੇ ਖਿਆਲ ਪ੍ਰਮੋਸ਼ਨ ਦੇ ਸਾਧਨ ਵੀ ਨਹੀਂ ਸੀ ਨਾ ਇੰਨੇ। ਬਿਲਕੁਲ ਜੀ। ਫਿਰ ਚੈਨਲ ਦੇ ਪੈਸੇ ਇੰਨੇ ਜਾਂਦੇ ਸੀ ਉੱਥੋਂ, ਉਹਨੂੰ ਡਿਸਟ੍ਰੀਬਿਊਸ਼ਨ ਦਾ ਖਰਚ, ਫਿਰ ਕੰਪਨੀ ਬੜੀ ਲੱਭਣੀ, ਉਹਦੇ ਵਿੱਚ ਬੜੇ ਝਾਂਜਰ ਸੀ। ਹੁਣ ਤੁਹਾਡਾ ਇੱਕ ਗਾਣਾ, ਤੁਸੀਂ ਇੱਕ ਨਾਲ ਕਨੇਡਾ ਜਦੋਂ ਗਾਣਾ ਚੱਲ ਜਾਂਦਾ, ਇੱਕੋ ਗਾਣੇ ਦਾ ਵੀਡੀਓ ਕਰੋ, ਇੱਕ ਦੇ ਤੁਸੀਂ ਐਡ ਕਰ ਲਓ, ਪ੍ਰਮੋਸ਼ਨ ਕਰ ਲਓ ਆਰਾਮ ਨਾਲ, ਠੀਕ ਆ। ਜੇ ਨਹੀਂ ਵੀ ਹੋਇਆ ਤਾਂ ਦੂਜਾ ਕਰਨ ਦੇ ਬੰਦਾ ਯੋਗ ਹੁੰਦਾ ਹੈ। ਇਹਨਾਂ ਆਪਾਂ ਕਹੀਏ ਵੀ ਖਰਚਾ ਜਿਹੜਾ ਹੈਗਾ ਉਹ ਵੀ ਨਹੀਂ ਇੰਨਾ ਹਨਾ, ਵੀ ਅੱਜ ਦੇ ਟਾਈਮ ਦੇ ਵਿੱਚ ਹੁਣ ਅਸੀਂ ਬੜੇ ਦੇਖਦੇ ਹਾਂ ਯੰਗਸਟਰ, ਬਿਨਾਂ ਖਰਚੇ ਤੋਂ ਵੀ ਚੱਲਦਾ ਹੈ ਯੰਗਸਟਰ, ਸੋਸ਼ਲ ਮੀਡੀਆ ਤੇ ਨਾਰਮਲ ਵੀ ਵੀਡੀਓ ਪਾ ਦੀ ਹਿੱਟ ਹੋ ਗਏ ਤਾਂ ਤੁਸੀਂ, ਜੇ ਚੰਗੀ ਕੋਈ ਚੀਜ਼ ਆ ਉਹ ਬਹੁਤ ਛੇਤੀ ਆਪਾਂ, ਮੈਂ ਵੀ ਸੁਣਦਾ ਬਹੁਤ, ਸਤਿੰਦਰ ਸਰਤਾਜ ਹੁਰੀ ਬਹੁਤ ਅੱਛੇ ਪਸੰਦ ਕਰਦਾ ਮੈਂ ਹੁਣ ਦੇ ਜੇ ਉਹ ਹੈਗਾ, ਅਤੇ ਉਹ ਬਿਨਾਂ ਕਿਸੇ ਕਿਉਂਕਿ ਕੈਸਟ ਜਾਂ ਇਹਦੇ ਜ਼ਰੀਏ ਨੇ ਉਸ ਯੂਟਿਊਬ ਜਾਂ ਇੱਦਾਂ ਆਪਣੀ ਮਿਹਨਤ ਸਦਕਾ ਹਿੱਟ ਹੋਏ ਸੀਗੇ। ਬਿਲਕੁਲ। ਕਿਤੇ ਨਾ ਕਿਤੇ ਉਹੀ ਗੱਲ ਵੀ ਪ੍ਰਮੋਸ਼ਨ ਔਰ ਨਾਲ ਦੀ ਨਾਲ ਤੁਹਾਡੀ ਸਿੰਗਿੰਗ ਤਾਂ ਸਭ ਪਹਿਲੇ ਨੰਬਰ 'ਤੇ ਆ, ਵੀ ਕਈ ਵਾਰੀ ਕਈਆਂ ਨੇ ਹੁਣ ਜ਼ਿਆਦਾ ਨਹੀਂ ਕੀਤੀ ਸੋਸ਼ਲ ਮੀਡੀਆ 'ਤੇ ਇੱਕ ਗਾਣਾ ਗਿਆ ਤਾਂ ਹਿੱਟ ਹੋ ਗਿਆ, ਇਹਦਾ ਕੋਈ ਥਰਮਾਮੀਟਰ ਹੈ ਨਹੀਂ ਵੀ ਤੁਸੀਂ ਬਹੁਤ ਐਡ ਕਰੋ ਗਾਣਾ ਨਹੀਂ ਚੱਲੂਗਾ, ਗਾਣਾ ਵਧੀਆ ਹੋਇਆ ਤਾਂ ਤੁਹਾਡਾ ਵੈਸੇ ਵੀ ਚੱਲ ਜਾਂਦਾ, ਬਿਨਾਂ ਪ੍ਰਮੋਸ਼ਨ ਵੀ ਚੱਲ ਜਾਂਦਾ, ਅਤੇ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਸਹਿਬ ਹੱਥ ਬੜਿਆ ਜਾਂ ਜਿਸ ਭਾਵੇ ਦਿਸਦੇ, ਜਦੋਂ ਨੇ ਚਾਹੁਣਾ ਤਾਂ ਫਿਰ ਉਹ ਬਿਲਕੁਲ ਗੂੰਗਿਆਂ ਤੋਂ ਵੀ ਗਵਾ ਦਿੰਦਾ, ਹਾਂਜੀ ਲੱਗ ਰਿਹਾ ਤਾਂ ਪਹਾੜ ਚੜ੍ਹਾ ਚੜ੍ਹ ਜਾਂਦੇ ਨੇ, ਅਤੇ ਫਿਰ ਬਾਕੀ ਤਾਂ ਉਹਦੀਆਂ। ਬਿਲਕੁਲ ਬਿਲਕੁਲ। ਆਪਾਂ ਕਾਲਰ ਸਾਡੇ ਵੇਟ ਕਰ ਰਹੇ ਨੇ, ਲੈਂਦੇ ਹਾਂ ਜੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਜਿਹੜੇ ਨਾ ਸਾਡੇ ਗਾਣੇ ਬਹੁਤ ਸੋਹਣੇ ਲੱਗਦੇ ਆ, ਕਿਉਂਕਿ ਐਨ ਕਲੀਅਰ ਸਾਫ ਪੰਜਾਬੀ ਦੇ ਏਦਾਂ ਹੁੰਦੇ ਆ, ਤੇ ਜਿਵੇਂ ਕਿ ਕਈ ਗਾਣਿਆਂ ਦੇ ਵਿੱਚ ਨਾ ਉਹ ਧੂਮ ਝਲੱਕਾ ਜਿਹਾ ਗੰਨਾ ਲੈ ਲੈ ਫਿਰਦੇ ਆ ਕਰਦੇ ਆ, ਉਹੋ ਜਿਹੇ ਗਾਣੇ ਪਾਸ ਜ਼ਰੂਰ, ਗੌਰੇ ਨੂੰ ਪਤਾ ਨੀ ਉਹ ਕਿਵੇਂ ਕਰਦੀ ਆ, ਪਰ ਓਦਾਂ ਦੇ ਗਾਣੇ ਨਹੀਂ ਹੋਣੇ ਚਾਹੀਦੇ।
हाँ जी, ये तो वैसे भी चलो ये पंजाबियों का खून गर्म है, ये तो बचाले कैनेडा वर्गे अमेरिका वर्गिया ने जिहड़े साडे जिहड़े मुंडे पढ़ के उत्थे चले गए, तो नहीं तो शायद क्या हुंदा पता नहीं इत्थे। पर जी मेरे तो ठीक होंगे ने गाने, थोड़ी जी फुकरी मारदा मैं जिन्नी कि सहन योग हो गए तो ज्यादा नहीं मारी कदे। ਚੰਗੀ ਆ ਪਰ ਮੈਂ ਬਹੁਤ ਪਤਾ ਕੀ ਹੁੰਦਾ ਆ ਕਿ ਜਿਹੜੇ ਅੱਜ ਕੱਲ ਮਤਲਬ ਹੁਣ ਇੱਥੇ ਬੱਚੇ ਨੇ ਨਾ ਜਦੋਂ ਇਹੋ ਜਿਹੇ ਗਾਣੇ ਸੁਣਦੇ ਨੇ ਤੇ ਉਹ ਕਹਿ ਦਿੰਦੇ ਆ ਪੁੱਛਦੇ ਨੇ ਫਿਰ ਕੁਐਸਚਨ ਕਰਦੇ ਨੇ ਕਈ ਵਾਰੀ ਬੱਚੇ ਵੈਸੇ ਤਾਂ ਨਹੀਂ ਦੇਖਦੇ ਪਰ ਕਿਸੇ ਵੇਲੇ ਆਪਾਂ ਲਾਇਆ ਹੁੰਦਾ ਟੀਵੀ ਗਾਣੇ ਚੱਲਦੇ ਆ ਦੇਖਦੇ ਆ ਹਾਂਜੀ ਅਸਰ ਹੁੰਦਾ ਬੱਚਿਆਂ ਤੇ ਬਿਲਕੁਲ ਕੁਐਸਚਨ ਕਰਦੇ ਆ ਨਾ ਕਿ ਇਹਨਾਂ ਨੇ ਗੰਨਾ ਕਿਉਂ ਚੁੱਕੀਆਂ ਹੋਈਆਂ ਹਾਂ ਨਹੀਂ ਹੁੰਦਾ ਜੀ ਹੁੰਦਾ ਨਾ ਇਹ ਫਾਈਟ ਕਰਦੇ ਆ ਕਿਉਂਕਿ ਛੋਟੇ ਬੱਚੇ ਆ ਉਹਨਾਂ ਨੂੰ ਇਦਾਂ ਦੀਆਂ ਗੱਲਾਂ ਦਾ ਨਹੀਂ ਪਤਾ ਉਹਨਾਂ ਨੂੰ ਇਹ ਪਤਾ ਆ ਕਿ ਜਿਹਨੇ ਗੰਨਾ ਚੁੱਕਿਆ ਤੇ ਫਾਈਟ ਕਰਦੇ ਆ ਉਹ ਪੁੱਛਦੇ ਕਹਿੰਦੇ ਗ੍ਰਹਿਮਾ ਇਹ ਗੁੱਡ ਨਹੀਂ ਹੈਗਾ ਇੱਦਾਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਗਾਣਿਆਂ ਵਿੱਚ ਉਹਨਾਂ ਨੇ ਇਹ ਬਣਾਇਆ ਹੋਇਆ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਇੱਦਾਂ ਦੇ ਗਾਣੇ ਨਾ ਨਹੀਂ ਬਣਾਉਣੇ ਚਾਹੀਦੇ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਸਿੰਗਰ ਥੈਂਕ ਯੂ ਜੀ ਥੈਂਕ ਯੂ ਸੋ ਮਚ ਸੋ ਕਿਤੇ ਨਾ ਕਿਤੇ ਬਹੁਤ ਸੱਭਿਆਚਾਰ ਨੂੰ ਸੰਭਾਲਣਾ ਜਿਹੜਾ ਸਿੰਗਰਾਂ ਦੇ ਹੱਥ ਦੇ ਵਿੱਚ ਬਹੁਤ ਜ਼ਿਆਦਾ ਹੈ ਆਪਾਂ ਹੋਰ ਗੱਲਾਂ ਪਤਾ ਕਰਾਂਗੇ ਕਾਲਰਸ ਵੀ ਨੇ ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਲਓ ਜੀ ਬ੍ਰੇਕ ਤੋਂ ਬਾਅਦ ਸਵਾਗਤ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਡੇਲੀ ਡੋਜ਼ ਦੇ ਵਿੱਚ ਗੱਲਾਂ ਬਾਤਾਂ ਹੋ ਰਹੀਆਂ ਨੇ ਜੀ ਅੱਜ ਬਾ ਕਮਾਲ ਸਿੰਗਰ ਸਾਡੇ ਨਾਲ ਹਰਜੀਤ ਹਰਮਨ ਜੀ ਸੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੇਰੇ ਵੱਲੋਂ ਵੀ ਫਿਰ ਸਾਰੇ ਅਸੀਂ ਬਾਰ ਬਾਰ ਸਵਾਗਤ ਕਰਾਂਗੇ ਸੋ ਗੱਲ ਜਿਵੇਂ ਪਹਿਲਾਂ ਕਾਲਰ ਆਈ ਵਾਕਈ ਹੀ ਤੁਹਾਨੂੰ ਵੀ ਲੱਗਦਾ ਹੈ ਕਿ ਇੱਕ ਸਿੰਗਰ ਹੈ ਨਾ ਹੈਗਾ ਇੱਕ ਆਰਟਿਸਟ ਹੈ ਹੈ ਨਾ ਵੀ ਉਹਦੇ ਤੋਂ ਬਹੁਤ ਯੂਥ ਸਿੱਖਦਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੁੰਦਾ ਜੀ ਕਹਿੰਦੇ ਕਿ ਜਿੱਥੇ ਯੂਥ ਕੀ ਸੁਣਦਾ ਉੱਥੋਂ ਪਤਾ ਲੱਗਦਾ ਕਿ ਉਹਨਾਂ ਦੇ ਖਿਆਲਾਤ ਕੀ ਨੇ ਅਸਰ ਪੈਂਦਾ ਜਿਹੋ ਜਿਹੇ ਤੁਸੀਂ ਸੁਣਦੇ ਹੋ ਉਹੋ ਜਿਹੇ ਤੁਹਾਡੇ ਖਿਆਲਾਤ ਬਣਨਗੇ ਪਰ ਮੈਂ ਤਾਂ ਚਲੋ ਮੇਰੇ ਭਰਾ ਆਏ ਨੇ ਸਾਰੇ ਜਿਹਨੂੰ ਸ਼ੌਕ ਆ ਉਹਨਾਂ ਦਾ ਸੁਣਦੇ ਨੇ ਕਿਉਂਕਿ ਉਹਨਾਂ ਨੇ ਕਿਹੜਾ ਧੱਕੇ ਨਾਲ ਸੁਣਾਉਣਾ ਹੁੰਦਾ ਕਿਸੇ ਨੂੰ ਲੋਕ ਉਹਨੂੰ ਸੁਣਦੇ ਨੇ ਉਹਨਾਂ ਦੀ ਗਾਣੇ ਚੱਲਦੇ ਨੇ ਅਗਲਾ ਫਿਰ ਗਾਉਂਦਾ ਅਤੇ ਮੇਰੇ ਵਿਚਾਰ ਪਰ ਹਰੇਕ ਦੀ ਕਿ ਮੇਰੇ ਵਿਚਾਰ ਉਹਨਾਂ ਦੇ ਨਾਲ ਮਿਲਦੇ ਹੁਣ ਮੇਰਾ ਆਪਣਾ ਢੰਗ ਆ ਮੈਂ ਤਾਂ ਕਹਿੰਦਾ ਕਿ ਕੁਛ ਜੇ ਲੜਨਾ ਤਾਂ ਸਮਾਜ ਲਈ ਚੰਗਾ ਕਰ ਜੋ ਬਿਲਕੁਲ ਸਾਡੇ ਗੁਰੂਆਂ ਨੇ ਸਰਵੰਸ ਵਾਰਤਾ ਆਪਣਾ ਸਰਵੰਸ ਕੀ ਜਿੱਥੇ ਕੁਰਬਾਨੀਆਂ ਕੀਤੀਆਂ ਪਰ ਉਹ ਲੋਕਾਂ ਲਈ ਕੀਤੀਆਂ ਨਾ ਕਿ ਆਪਣੇ ਲਈ ਕੀਤੀਆਂ ਜੇ ਆਪਣੇ ਲਈ ਕੀਤੀਆਂ ਹੁੰਦੀਆਂ ਕੋਈ ਫੁਕਰੀਬਾਜ਼ੀ ਲਈ ਨਹੀਂ ਕੀਤੀਆਂ ਤਾਂ ਅੱਜ ਤੱਕ ਦੁਨੀਆਂ 'ਚ ਉਹਨਾਂ ਨੂੰ ਆਪਾਂ ਸਿਰ ਝੁਕਾਉਂਦੇ ਹਾਂ ਸਾਡੇ ਸ਼ਹੀਦਾਂ ਨੇ ਯਾਦ ਕਰਾਉਣ ਲਈ ਸਾਡੇ ਮੁਲਕ ਨੂੰ ਕੁਰਬਾਨੀਆਂ ਦਿੱਤੀਆਂ ਉਹ ਸਾਡੇ ਲਈ ਕੀਤੀਆਂ ਅੱਜ ਤੱਕ ਸਾਡਾ ਸਿਰ ਝੁਕਦਾ ਤੇ ਮਾੜੇ ਕੰਮਾਂ ਲਈ ਕੋਈ ਸਿਰ ਨਹੀਂ ਝੁਕੂਗਾ ਤੁਹਾਡਾ ਕੰਮ ਜ਼ਰੂਰ ਚੱਲੂ ਤੇ ਪਰ ਮੇਰੀ ਸੋਚ ਇਹ ਆ ਕਿ ਆਪਾਂ ਕਿਸੇ ਨੂੰ ਨਾ ਮੰਨਦਾ ਤੇ ਸੁਣਨ ਵਾਲੇ ਤੇ ਡਿਪੈਂਡ ਕਰਦਾ ਸੁਣਨਾ ਕਿਹੋ ਜਿਹਾ ਤੁਸੀਂ ਬਿਲਕੁਲ ਉਹ ਕਿਤੇ ਨਾ ਕਿਤੇ ਹੁੰਦਾ ਵੀ ਇਹ ਕਈਆਂ ਦਾ ਹੁੰਦਾ ਨਾ ਸੋਚ ਹਿੱਟ ਹੋ ਜਾਈਏ ਜਾਂ ਚੰਗੇ ਪਾਸੇ ਹੋ ਜਾਈਏ ਚੰਗੇ ਪਾਸੇ ਨਹੀਂ ਹੋ ਪਾ ਰਹੇ ਤਾਂ ਮਾੜੇ ਪਾਸੇ ਹੀ ਹੋ ਜਾਈਏ ਕਿਤੇ ਨਾ ਕਿਤੇ ਜੀ ਸੋ ਕਾਲਰ ਸਾਡੇ ਵੇਟ ਕਰ ਰਹੇ ਨੇ ਤੇ ਆਪਾਂ ਕਾਲ ਲੈਣੇ ਆ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਜੀ ਹਾਂਜੀ ਦੱਸੋ ਜੀ ਹਰਜੀਤ ਹਰਮਨ ਜੀ ਸਾਡੇ ਨਾਲ ਹੈ ਕੋਈ ਗੱਲ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਰਜੀਤ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਠੀਕ ਹੋ ਜੀ ਹਾਂਜੀ ਹਾਂਜੀ ਠੀਕ ਆ ਤੇ ਆਪਣੇ ਤੁਹਾਡੇ ਗਾਣੇ ਬਹੁਤ ਸੋਹਣੇ ਹੁੰਦੇ ਆ ਫੈਮਿਲੀ 'ਚ ਬੈਠ ਕੇ ਸੁਣਨ ਵਾਲੇ ਹੁੰਦੇ ਆ ਤੇ ਤੁਹਾਨੂੰ ਪਤਾ ਹੀ ਅੱਜ ਕੱਲ ਕੀ ਚੱਲ ਰਿਹਾ ਹੈ ਨਾ ਆਹੀ ਗੱਲਾਂ ਹੋ ਰਹੀਆਂ ਟੀਵੀ ਦੇ ਮੋਹਰੇ ਹੀ ਉੱਠ ਕੇ ਜਾਣਾ ਪੈ ਜਾਂਦਾ ਜੀ ਬਿਲਕੁਲ ਬਹੁਤ ਵਧੀਆ ਸਾਫ ਸੁਥਰੀ ਲੈਂਗੁਏਜ ਬਹੁਤ ਵਧੀਆ ਗਾਣੇ ਤੁਹਾਡੇ ਥੈਂਕ ਯੂ ਜੀ ਬਹੁਤ ਬਹੁਤ ਜਦੋਂ ਅਸੀਂ ਲੌਂਗ ਰੂਟ ਤੇ ਜਾਈਦਾ ਕਦੀ ਕੈਨੇਡਾ ਵਗੈਰਾ ਤਾਂ ਅਸੀਂ ਤੁਹਾਡੇ ਗਾਣੇ ਸਾਰੇ ਰਸਤੇ ਸੁਣੀ ਤੁਹਾਡੇ ਕਰਕੇ ਚੱਲੀ ਜਾਂਦੇ ਜੀ ਹੁਣ ਤੱਕ YouTube ਤੇ ਹਾਂਜੀ ਹਾਂਜੀ ਮਿਹਰਬਾਨੀ ਬਹੁਤ ਥੈਂਕ ਯੂ ਸੋ ਕਿਤੇ ਨਾ ਕਿਤੇ ਵੈਸੇ ਮੈਨੂੰ ਲੱਗਦਾ ਕਿ ਪੰਜਾਬ ਨਾਲੋਂ ਜ਼ਿਆਦਾ ਜਿਹੜੇ ਲੋਕ ਕੈਨੇਡਾ ਅਮੈਰੀਕਾ ਚਲੇ ਗਏ ਨੇ ਉਹਨਾਂ ਨੇ ਪੰਜਾਬੀਅਤ ਨੂੰ ਸਾਂਭਿਆ ਪਿਆ ਹੈ ਨਾ ਬਹੁਤ ਜੀ ਜਿਹੜੀ ਚੀਜ਼ ਤੁਹਾਡੇ ਕੋਲ ਹੁੰਦੀ ਹੈ ਮੈਨੂੰ ਲੱਗਦਾ ਉਹਦੀ ਅਹਿਮੀਅਤ ਨਹੀਂ ਨਾ ਹੁੰਦੀ ਆਪਣੇ ਕੋਲ ਉਹਨਾਂ ਨੂੰ ਲੱਗਦਾ ਉਹ ਮਿਸ ਕਰਦੇ ਆ ਆਪਣੇ ਪਿੰਡ ਨੂੰ ਉਹਨਾਂ ਦਰਵਾਜ਼ਿਆਂ ਨੂੰ ਬਿਲਕੁਲ ਤੇ ਉਹ ਖੇਤਾਂ ਨੂੰ ਉਰੇ ਵਾਲਿਆਂ ਨੂੰ ਹੁਣ ਆਪਣੇ ਕੋਲ ਹੈ ਆਪਾਂ ਨੂੰ ਲੱਗਦਾ ਕਿ ਉਹਦੀ ਅਹਿਮੀਅਤ ਨਹੀਂ ਰੱਖਦੇ ਆਪਾਂ ਤੇ ਮੈਂ ਤਾਂ ਕਹੂੰਗਾ ਕਿ ਪੰਜਾਬ ਅੱਜ ਦਾ ਜੋ ਸਾਹ ਲੈ ਰਿਹਾ ਅਕਸਰ ਮੈਂ ਕਹਿੰਦਾ ਹੁੰਦਾ ਸਟੇਜ ਤੇ ਕਿ ਪ੍ਰਦੇਸੀਆਂ ਦੇ ਸਿਰਾਂ 'ਤੇ ਹੀ ਲੈ ਰਿਹਾ ਇਹਨਾਂ ਦੇ ਸਿਰ 'ਤੇ ਹੀ ਸਾਡੇ ਪ੍ਰੋਗਰਾਮ ਚੱਲਦੇ ਆ ਇਹਨਾਂ ਦੇ ਸਿਰ 'ਤੇ ਹੀ ਸਾਰਾ ਦਾਰੂ ਮਦਾਰ ਚੱਲਦਾ ਕਿੰਨਾ ਪੈਸਾ ਇੱਥੇ ਆਉਂਦਾ ਅਤੇ ਜੇ ਕਿਤੇ ਨਾ ਹੁੰਦੇ ਮੇਰਾ ਸੋਚ ਵੀ ਨਹੀਂ ਸਕਦੇ ਆਪਾਂ ਪੰਜਾਬ ਦਾ ਕੀ ਹੁੰਦਾ ਬਿਲਕੁਲ ਜਿਵੇਂ ਕਿ ਹੈ ਨਾ ਵੀ ਤੁਸੀਂ ਵੀ ਬਾਹਰ ਜਾਂਦੇ ਹੋ ਸ਼ੋਜ਼ ਵੀ ਬੜੇ ਕੀਤੇ ਨੇ ਹੈ ਨਾ ਸੋ ਜਦੋਂ ਪਹਿਲਾਂ ਪਹਿਲਾਂ ਸ਼ੋਜ਼ ਕਰਦੇ ਸੀ ਤੇ ਹੁਣ ਜਦੋਂ ਸ਼ੋਜ਼ ਕਰਨ ਲੱਗਦੇ ਹੋ ਸੋ ਪੰਜਾਬੀਆਂ ਦਾ ਪਿਆਰ ਕਿੰਨਾ ਕੁ ਮਿਲਦਾ ਹੈਗਾ ਕੀ ਫਰਕ ਆਇਆ ਤੁਹਾਨੂੰ ਲੱਗਦਾ ਮੇਰੇ ਫਿਰ ਉਹੀ ਗਾਣਾ ਯਾਦ ਆ ਜਾਂਦਾ ਕਹਿੰਦੇ ਕਿ 1947 ਦੀ ਵੰਡ ਹੋਈ ਤਾਂ ਪੰਜਾਬ ਵੰਡਿਆ ਗਿਆ ਫਿਰ ਹਿਮਾਚਲ ਹਰਿਆਣਾ ਕਿੰਨਾ ਟੁੱਟੇ ਹੋ ਗਏ ਪਰ ਚੰਡੀਗੜ੍ਹ ਦਾ ਨਹੀਂ ਪਤਾ ਪੰਜਾਬ ਨੂੰ ਮਿਲੂ ਜਾਂ ਕਿਹਨੂੰ ਮਿਲੂ ਅਤੇ ਤੁਸੀਂ ਲਾ ਲਓ ਵੀ ਪਾਣੀਆਂ ਦਾ ਰੌਲਾ ਹੁੰਦਾ ਕਹੀਆਂ ਜਾਂ ਉਹਦੀ ਚੱਕ ਲੈਂਦੇ ਆ ਜਾ ਕੇ ਬੈਠ ਜਾਂਦੇ ਜਦੋਂ ਵੋਟਾਂ ਹੁੰਦੀਆਂ ਨੇ ਪਰ ਜਿਨ੍ਹਾਂ ਨੇ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਉਹ ਤਾਂ ਨਾਮੋ ਨਿਸ਼ਾਨ ਨਾ ਰਿਹਾ ਉਹਨਾਂ ਦਾ ਪਰ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਆ ਇੱਕ ਇਕੱਲਾ ਪੰਜਾਬ ਨਹੀਂ ਰਿਹਾ ਤੁਸੀਂ ਜਾਓਗੇ ਅਮੈਰੀਕਾ 'ਚ ਪੰਜਾਬ ਮਿਲੂ ਤੁਹਾਨੂੰ ਕੈਲੀਫੋਰਨੀਆ ਸਾਰਾ
ਜਿੱਥੇ ਵੀ ਜਾਓਗੇ ਤੁਸੀਂ ਕੈਨੇਡਾ ਦੇ ਵਿੱਚ ਜਾਓ ਪੰਜਾਬ ਦੂਜਾ ਉਹਨੂੰ ਤਾਂ ਕਹਿਣੇ ਲੱਗ ਗਏ ਵੀ ਹੁਣ ਵੀ ਦੂਜਾ ਪੰਜਾਬ ਤੁਸੀਂ ਯੂਕੇ 'ਚ ਚਲੇ ਜਾਓ ਤੁਸੀਂ ਆਸਟ੍ਰੇਲੀਆ ਚਲੇ ਜਾਓ ਆਹੀ ਮੇਲੇ ਇਹੀ ਹੈ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਅੱਜ ਵੀ ਵਸਦਾ ਅਤੇ ਇੰਨਾ ਹੀ ਪਿਆਰ ਸਾਨੂੰ ਜਿੰਨਾ ਇੱਥੇ ਆ ਤਾਂ ਬਾਹਰ ਬੈਠੇ ਪੰਜਾਬੀ ਸਾਡੇ ਕਲਾਕਾਰਾਂ ਨੂੰ ਕਰਦੇ ਆ। ਬਿਲਕੁਲ ਬਿਲਕੁਲ ਸਹੀ ਗੱਲ ਹੈ, ਹਜੇ ਤੱਕ ਪੰਜਾਬੀਅਤ ਪੰਜਾਬੀ ਸਿੰਗਰ ਨੇ ਹਨਾ ਵੀ ਉਹਨਾਂ ਹੀ ਪਿਆਰ ਮਿਲਦਾ ਸੀ ਰੋਜ਼ ਗੱਲ, ਤੁਸੀਂ ਤਾਂ ਜਾਣੇ ਰਹਿੰਦੇ ਹੋ ਅਸੀਂ ਜਾਣੇ ਨਹੀਂ, ਚਲੋ ਗੱਲਬਾਤ ਰੋਜ਼ ਕਰ ਲਈ ਦੀ ਅਸੀਂ ਜਾਓਗੇ ਸੋ ਗੱਲਬਾਤ ਰੋਜ਼ ਹੋ ਜਾਂਦੀ ਹੈ ਅਤੇ ਪਤਾ ਹੈ ਵੀ ਕਿੰਨਾ ਪਿਆਰ ਜਿਹੜਾ ਪੰਜਾਬੀਅਤ ਦੇ ਲਈ ਸਾਡੇ ਪੰਜਾਬੀਆਂ ਦੇ ਵਿੱਚ ਵਸਿਆ। ਅੱਛਾ ਤੁਹਾਡਾ ਜ਼ੋਨ ਕੀ ਹੈ, ਕਿਉਂਕਿ ਹਰ ਸਿੰਗਰ ਦਾ ਇੱਕ ਜ਼ੋਨ ਹੁੰਦਾ ਵੀ ਜਾਂ ਤਾਂ ਸੈਡ ਵਧੀਆ ਲੱਗਦੇ ਨੇ ਉਹਨਾਂ ਨੂੰ ਜਾਂ ਫਿਰ ਥੋੜ੍ਹੇ ਧਮਾਕੇ ਵਾਲੇ ਗਾਣੇ ਹਨਾ ਵੀ ਜੋ ਵੱਜਣ ਡੀਜੇ 'ਤੇ, ਕਿੱਦਾਂ ਦੇ ਤੁਹਾਨੂੰ ਵਧੀਆ ਲੱਗਦਾ? ਕਿਉਂਕਿ ਜਿੱਥੇ ਮੈਂ ਸਿੰਗਰ ਹਾਂ ਉੱਥੇ ਇੱਕ ਸਮਾਜ ਦਾ ਵਿੱਚ ਇਨਸਾਨੀਅਤ ਮੇਰੇ ਅੰਦਰ ਵੀ ਹੈ, ਇੱਕ ਦਰਸ਼ਕ ਜਾਂ ਇੱਕ ਉਹਦੇ ਸਰੋਤੇ ਦੇ ਤੌਰ 'ਤੇ ਸੁਣਾ ਤਾਂ ਹਰ ਬੰਦੇ ਨੂੰ ਦੇਖੋ ਗਾਣਾ ਲੱਗਾ, ਪ੍ਰਦੇਸੀਆਂ ਨੂੰ ਗਾਣਾ ਲੱਗਦਾ ਵੀ ਕਿਉਂ ਪ੍ਰਦੇਸੀ ਹੋਏ ਸਾਡੇ ਦਿਲ ਤੋਂ ਪੁੱਛ, ਉਹਨਾਂ ਨੂੰ ਚੰਗਾ ਲੱਗਦਾ, ਸੈਡ ਵੀ ਆਪਣੀ ਜਗ੍ਹਾ 'ਤੇ ਕਈ ਵਾਰ ਹਾਲਾਤਾਂ 'ਤੇ ਢੁੱਕਦਾ ਹੁੰਦਾ ਤਾਂ ਬਹੁਤ ਚੰਗਾ ਲੱਗਦਾ, ਅਤੇ ਜਦੋਂ ਖੁਸ਼ੀ ਹੁੰਦੀ ਹੈ ਤਾਂ ਬੀਟ ਵੀ ਚੰਗਾ ਲੱਗਦਾ, ਰੋਮੈਂਟਿਕ ਜਦੋਂ ਦਿਲ ਖੁਸ਼ ਹੋਵੇ ਰੋਮੈਂਟਿਕ ਵੀ ਚੰਗਾ, ਹਰ ਚੀਜ਼ ਜਿਹੜੀ ਆਪਣੇ ਆਪਣੇ ਹਿਸਾਬ ਨਾਲ ਠੀਕ ਹੈ। ਬਿਲਕੁਲ, ਮਤਲਬ ਕਿ ਹਰ ਤਰ੍ਹਾਂ ਦੀ ਆਡੀਅੰਸ ਨੂੰ ਛੂਣਾ ਪੈਂਦਾ। ਛੂਣਾ, ਅੱਗੇ ਕੈਸਟ ਹੁੰਦੀ ਤਾਂ ਉਹਦੇ ਵਿੱਚ ਇੱਦਾਂ ਹੀ ਕਰਨਾ ਪੈਂਦਾ ਸੀ, ਤੁਹਾਨੂੰ ਦੋ ਗਾਣੇ ਡਾਂਸਿੰਗ ਸੌਂਗ ਚਾਹੀਦੇ ਸੀ, ਫਿਰ ਬੀਟ ਸੌਂਗ ਚਾਹੀਦਾ, ਬੀਟ ਤੋਂ ਬਾਅਦ ਰੋਮੈਂਟਿਕ ਚਾਹੀਦੀ ਹੈ, ਕੋਈ ਸੋਸ਼ਲ ਹੋਵੇ ਸਮਾਜਿਕ ਪੱਖ ਦਾ ਵਿੱਚ ਇੱਕਣਾ ਤਾਂ, ਉਦੋਂ ਚਾਦਰਾਂ ਦਾ ਫੁਲਕਾਰੀਆਂ ਦਾ ਕੁਛ ਇੱਦਾਂ ਵੀ ਹੁੰਦਾ ਸੀ, ਖਿਆਲ ਮੇਰੇ ਖਿਆਲ 'ਚ ਆਉਣ ਵਾਲੇ ਦਿਨਾਂ 'ਚ ਸ਼ਾਇਦ ਇਹ ਨਹੀਂ ਆਊਗਾ ਕਿਉਂਕਿ ਉਹ ਜਨਰੇਸ਼ਨ ਨੇ ਦੇਖਿਆ ਨਹੀਂ ਆਪਣੀ ਨੇ। ਬਿਲਕੁਲ, ਅਤੇ ਪਿੰਡਾਂ ਦੇ ਇਹੋ ਜਿਹੇ ਗਾਣੇ, ਅਤੇ ਹਰ ਪੱਖ ਹੀ ਆਪਣੇ 'ਚ ਅਹਿਮੀਅਤ ਰੱਖਦਾ ਗਾਣੇ ਦਾ, ਮਤਲਬ ਵਿਸ਼ਾ ਜਿਹੜਾ ਵੀ ਹੈ ਆਪਣੇ ਆਪ। ਸੋ ਜ਼ਰੂਰੀ ਵੀ ਹੈਗਾ, ਹੁਣ ਇਹ ਹੁਣ ਸਗੋਂ ਜ਼ਿਆਦਾ ਭਾਰ ਨਹੀਂ ਹੁੰਦਾ ਕਿ ਪਹਿਲਾਂ ਤਾਂ ਕੈਸਟ ਕੱਢਤੀ ਔਰ ਹਰ ਜ਼ੋਨ ਨੂੰ ਛੂ ਲਿਆ, ਹੁਣ ਇਹ ਹੁੰਦਾ ਵੀ ਇੱਕ ਹੀ ਗਾਣਾ ਕੱਢਣਾ, ਇੱਕ ਹੀ ਗਾਣਾ ਹਰ ਜ਼ੋਨ ਨੂੰ, ਚਾਹੇ ਉਹ ਏਜਡ ਲੋਕ ਨੇ, ਬੱਚੇ ਨੇ, ਯੂਥ ਹੈ, ਸਭ ਨੂੰ ਛੂਣਾ ਚਾਹੀਦਾ। ਅੱਗੇ ਸੇਮ ਹੀ ਆ ਉਹਦੇ ਵਿੱਚ ਕੀ ਆ ਕਿ ਕੈਸਟ ਜਦੋਂ ਤੁਸੀਂ ਹਿੱਟ ਕਰਨੀ ਹੁੰਦੀ ਦੋ ਗਾਣਿਆਂ ਨਾਲ ਤਾਂ ਜਦੋਂ ਕੈਸਟ ਚੱਲਦੀ ਤਾਂ ਉਹਦੇ ਵਿੱਚ ਫਿਰ ਲੋਕਾਂ ਤੱਕ ਪਹੁੰਚ ਜਾਂਦਾ, ਹੁਣ ਆਪਾਂ ਉਹ ਸ਼ੂਟ ਕਰਕੇ ਗਾਣਾ ਇਕੱਲਾ ਇਕੱਲਾ। ਹੁਣ ਜਿਵੇਂ ਮੈਂ ਬੀਟ ਸੌਂਗ ਗਾ ਲਿਆ, ਅੱਗੇ ਮੇਰੇ ਕੋਲ ਇੱਕ ਸੈਡ ਸੌਂਗ ਪਿਆ ਅਤੇ ਮੇਰਾ ਦਿਲ ਕਰਦਾ ਕਿ ਮੈਂ ਇੱਕ ਗਾਣਾ, ਹੁਣ ਮੇਰਾ ਦਿਲ ਆ ਕਿ ਰੋਮੈਂਟਿਕ ਕਰਾਂ, ਸੈਡ ਸੌਂਗ ਤੀਜੇ ਨੰਬਰ 'ਤੇ ਫੇਰ ਕਰੂੰਗਾ ਜਾ ਕੇ, ਅਤੇ ਉੱਦਾਂ ਹੀ ਉਹ ਛੇਤੀ ਗਾਣਾ ਲੋਕਾਂ ਹੁਣ ਆਪ ਪਹੁੰਚਾਉਣਾ ਪੈਂਦਾ ਸ਼ੂਟ ਕਰਕੇ ਤੁਹਾਨੂੰ। ਸ਼ੂਟ ਕਰਕੇ, ਬਿਲਕੁਲ ਸਹੀ ਗੱਲ ਆ। ਵੀਡੀਓ ਤੁਹਾਨੂੰ ਲੱਗਦਾ ਕਿੰਨੀ ਕੁ ਮੈਟਰ ਕਰਦੀ ਹੈ ਗਾਣੇ ਦੀ? ਕਰਦੀ ਹੈ ਜੀ, ਗਾਣੇ ਦੀ ਮੈਟਰ, ਪਰ ਫਿਰ ਗੱਲ ਉੱਥੇ ਆ ਜਾਂਦੀ ਹੈ ਕਈ ਵਾਰ, ਹੁਣ ਜੱਟੀ ਗਾਣੇ ਦੀ ਅਸੀਂ ਵੀਡੀਓ ਬਹੁਤ ਘੱਟ ਬਜਟ ਦੀ ਵੀਡੀਓ ਆ, ਗਾਣਾ ਹਿੱਟ ਹੋ ਗਿਆ, ਹੁਣ ਕਈ ਗਾਣੇ ਮੇਰੇ ਇਹੋ ਜਿਹਾ ਬਹੁਤ ਵੱਡੀ ਵੱਡੀਆਂ ਵੀਡੀਓ ਬਣਾਈਆਂ ਪਰ ਕਿਸੇ ਨੇ ਦੇਖਿਆ ਨਹੀਂ, ਗੱਲ ਫਿਰ ਪਾ ਕੇ ਮੁਕੱਦਰਾਂ ਦੇ ਮੁੱਕ ਜਾਂਦੀ ਆ ਵੀ ਇਹਦਾ ਕੁਛ, ਇਹਦਾ ਪੈਮਾਨਾ ਕੋਈ ਨਹੀਂ ਹੈ ਕਿ ਵੀਡੀਓ, ਪਰ ਆਪਣੇ ਵੱਲੋਂ ਜੇ ਚੰਗੀ ਹੁੰਦੀ ਹੈ ਤਾਂ ਕੋਸ਼ਿਸ਼ ਕਰੀਦੀ ਕਿ ਵਧੀਆ ਬਣਾਈ ਜਾਵੇ ਜਦੋਂ ਬੰਦੇ ਕੋਲ ਪੈਸੇ ਹੁੰਦੇ ਆ ਚਾਰ, ਨਹੀਂ ਅਸੀਂ ਮਾੜੇ ਜਦੋਂ ਨਾ ਹੋਣਗੇ ਤਾਂ ਘੱਟ ਨਾਲ ਵੀ ਕੰਮ ਚਲਾਉਣ ਦੀ ਕੋਸ਼ਿਸ਼ ਕਰਦਾ, ਅਤੇ ਹਿੱਟ ਹੋਣਾ ਕੋਈ ਮੇਰੇ ਖਿਆਲ ਦੇ ਵਿੱਚ ਵੀਡੀਓ ਦਾ ਕੋਈ ਰੋਲ ਨਹੀਂ, ਤੁਹਾਡੇ ਜੋ ਉਹਦਾ ਸਬਜੈਕਟ ਹੈ ਜਾਂ ਤੁਹਾਡੀ ਆਵਾਜ਼ ਜਾਂ ਸ਼ਬਦਾਵਲੀ ਕੁਛ ਇੱਦਾਂ ਵੀ ਕਾਊਂਟ ਕਰਦੇ ਆ। ਬਿਲਕੁਲ, ਕਾਲਰ ਸਾਡੇ ਨਾਲ ਲੈਂਦੇ ਹਾਂ ਜੀ। ਹੈਲੋ, 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 ਹਾਂਜੀ, ਸਤਿ ਸ਼੍ਰੀ ਅਕਾਲ ਜੀ, ਟੀਵੀ ਦੀ ਆਵਾਜ਼ ਘਟਾ ਲਓ ਪਲੀਜ਼। ਅੱਛਾ ਜੀ, ਹਾਂਜੀ, ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਬਹੁਤ ਚੰਗਾ ਚੱਲ ਰਿਹਾ ਜੀ, ਸਤਿ ਸ਼੍ਰੀ ਅਕਾਲ, ਕਿੱਦਾਂ ਪ੍ਰੀਤ ਬੇਟੀ? ਬਹੁਤ ਵਧੀਆ ਜੀ, ਬਹੁਤ ਵਧੀਆ, ਤੇ ਅੱਜ ਤੁਹਾਨੂੰ ਪਤਾ ਹੀ ਹੈ ਮੇਰੇ ਨਾਲ ਹਰਜੀਤ ਹਰਮਨ ਜੀ ਵੀ ਆ, ਸੋ ਗੱਲਬਾਤ ਕਰ ਲਓ ਜੀ। ਬਹੁਤ ਇਹਦੇ ਤਾਂ ਮੈਂ ਗਾਣੇ ਸੁਣ ਸੁਣ ਕੇ ਇੰਨਾ ਮੈਨੂੰ ਕੰਮ ਛੱਡ ਕੇ ਬਹਿ ਜਾਂਦੀ ਹਾਂ, ਇੰਨੇ ਪਿਆਰੇ ਤਾਂ ਸੋਹਣੇ ਗਾਣੇ ਮੈਂ ਕਹਿ ਦੱਸ ਨਹੀਂ ਸਕਦੀ ਹਨਾ। ਅੱਛਾ, ਵਾਹ ਜੀ ਵਾਹ, ਹਾਂ ਇੰਨੀ ਆਵਾਜ਼ ਸੋਹਣੀ ਆ, ਮੈਂ ਤਾਂ ਕਹਿੰਦੀ ਜੁਗ ਜੁਗ ਜੀਵੇ, ਵੱਡੀ ਵੱਡੀ ਉਮਰ ਹੋਵੇ ਤਾਂ ਵਧੀਆ ਤੋਂ ਵਧੀਆ ਗਾਣੇ ਸੁਣਾਵੇ ਹਨਾ। ਬਿਲਕੁਲ ਜੀ ਬਿਲਕੁਲ, ਇੰਨੇ ਸੋਹਣੇ ਮੈਨੂੰ ਬਹੁਤ ਪਿਆਰੇ ਦੇ ਗਾਣੇ, ਮੈਂ ਫੈਮਿਲੀ ਚ ਬਹਿ ਕੇ ਸੁਣੋ ਜਦੋਂ ਮਰਜ਼ੀ ਸੁਣੋ, ਬੜੇ ਵਧੀਆ ਆ ਹਨਾ ਜੀ। ਬਿਲਕੁਲ, ਸ਼ੁਕਰੀਆ ਮਾਤਾ ਜੀ, ਬਹੁਤ ਬਹੁਤ ਮਿਹਰਬਾਨੀ। ਹਾਂਜੀ, ਮੈਂ ਤਾਂ ਤੇਰਾ ਬਹੁਤ ਬਹੁਤ ਬੇਟਾ ਥੈਂਕ ਯੂ ਕਰਦੀ ਹਾਂ ਹਰਮਨ ਬੇਟਾ ਜੀ, ਬਹੁਤ ਸੋਹਣੇ ਤੇਰੇ ਗਾਣੇ, ਤਾਂ ਇੰਨਾ ਦਿਲ ਖੁਸ਼ ਹੁੰਦਾ ਸੁਣ ਕੇ ਵੀ ਮੈਂ ਦੱਸ ਨਹੀਂ ਸਕਦੀ ਹਨਾ। ਅੱਛਾ, ਹੁਣ ਜਿਵੇਂ ਸੋਸ਼ਲ ਮੀਡੀਆ ਦਾ ਜ਼ਮਾਨਾ ਹਨਾ, ਫਾਇਦੇ ਵੀ ਬੜੇ ਨੇ, ਨੁਕਸਾਨ ਵੀ ਬੜੇ ਨੇ। ਪਹਿਲਾਂ ਇਹ ਸੀਗਾ ਕਿ ਫੀਡਬੈਕ ਬੜੇ ਟਾਈਮ ਬਾਅਦ ਹਿੱਟ ਹੋਈ ਟੇਪ ਨਹੀਂ, ਹੁਣ ਨਾਲ ਦੀ ਨਾਲ ਹੀ ਮਿਲ ਜਾਂਦੀ ਹੈ, ਗਾਣਾ ਤੁਸੀਂ ਅੱਜ ਪਾਇਆ ਤੇ ਅੱਜ ਹੀ ਤੁਹਾਨੂੰ ਫੀਡਬੈਕ ਮਿਲ ਜਾਂਦੀ ਹੈ, ਦੇ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ ਵੀ ਕੀ ਕਿੱਧਰ ਨੂੰ ਜਾ ਰਿਹਾ ਵੀ ਪੋਜ਼ਿਟਿਵ ਇਹਦਾ, ਕਿਉਂਕਿ ਆਪਾਂ ਜਦੋਂ ਦੇਖਦੇ ਹਾਂ ਆਪਣਾ ਕੰਮ ਹੁੰਦਾ, ਇੱਕ ਵਾਰੀ ਪਹੁੰਚਾਉਣ ਦਾ ਮਿਹਨਤ ਕਰੀਦੀ ਆ ਵੀ ਜਿੱਥੋਂ ਵੀ ਜ਼ਰੀਆ ਹੋਵੇ, ਕੋਈ ਚੈਨਲ 'ਤੇ ਐਡ ਲਾ ਦਿਓ ਜਾਂ ਕਿਤੇ ਵੀ ਸੋਸ਼ਲ ਮੀਡੀਆ ਯੂਟਿਊਬ 'ਤੇ, ਜਦੋਂ ਤੁਸੀਂ ਗਾਣੇ ਨੂੰ ਖੋਲ੍ਹਦੇ ਹੋ ਜੇ ਉਦੋਂ ਰਿਸਪੋਂਸ ਤੁਹਾਡਾ ਪੋਜ਼ਿਟਿਵ ਮਿਲ ਜੇ ਤਾਂ ਮੈਂ ਸਮਝਦਾ ਕਿ ਤੁਸੀਂ ਕਾਮਯਾਬ ਹੋ। ਬਿਲਕੁਲ ਬਿਲਕੁਲ, ਹੁਣ ਮੈਂ ਨਹੀਂ ਕਹਿੰਦਾ ਕਿ ਮੇਰੇ ਸਾਰੇ ਗਾਣੇ, ਕਈ ਵਾਰ ਮੇਰਾ ਹੁੰਦਾ ਮਨ ਕਿ ਮੈਨੂੰ ਖੁਦ ਨੂੰ ਆਪਣਾ ਗਾਣਾ ਮੈਂ ਕਿਹਾ ਵੀ ਸ਼ੂਟ ਤੱਕ ਕੀਤਾ, ਪਰ ਗੱਲ ਉਹ ਨਹੀਂ ਬਣੀ,
ਕਦੇ ਕਦੇ ਲੱਗਦਾ ਕਿ ਮੈਂ ਬਹੁਤ ਵਧੀਆ ਕਰ ਲਿਆ ਹਾਂ ਤੇ ਉਹ ਮਨ ਨੂੰ ਪਤਾ ਦੇ ਮੇਰੇ ਖਿਆਲ ਦੇ ਵਿੱਚ ਪਹਿਲਾ ਰਿਸਪੌਂਸ ਇਹ ਹੋਣਾ ਚਾਹੀਦਾ ਕਿ ਜਦੋਂ ਕੋਈ ਗਾਣਾ ਦੇਖੇ ਹਾਂ ਤਾਂ ਉਹਨੂੰ ਛਾ ਜੀ ਉਹਦੇ ਦਿਲ ਤੇ ਜੀ ਬਿਲਕੁਲ ਖੁਦ ਨੂੰ ਵੀ ਸੈਟੀਸਫੈਕਸ਼ਨ ਹੋਣੀ ਚਾਹੀਦੀ ਹੈ ਨਾ ਵੀ ਬੰਦੇ ਨੂੰ ਕਿਤੇ ਨਾ ਕਿਤੇ ਪਤਾ ਲੱਗ ਜਾਂਦਾ ਕਿ ਹੁਣ ਤੁਹਾਨੂੰ ਇੰਨੇ ਸਾਲਾਂ ਦਾ ਐਕਸਪੀਰੀਅੰਸ ਆ ਪਰ ਮੇਰਾ ਤਜਰਬਾ ਪੁੱਠਾ ਰਿਹਾ ਅੱਛਾ ਮੈਂ ਜਿਹੜੇ ਗਾਣੇ ਮੈਨੂੰ ਚੰਗੇ ਨਹੀਂ ਲੱਗਦੇ ਮੇਰੇ ਉਹ ਹਿੱਟ ਹੋਏ ਅੱਛਾ ਮਿੱਤਰਾਂ ਦਾ ਨਾਂ ਚੱਲਦਾ ਤਾਂ ਇਹ ਆ ਕਿ ਕੈਸਟ ਸੀਗੀ ਉਹਦੇ ਵਿੱਚ ਹੋਰ ਵੀ ਗਾਣੇ ਸੀਗੇ ਜੀ ਇਹਦੀ ਮੈਂ ਯਾਦ ਸੁਣਾਂਗੀ ਤੁਹਾਡੇ ਕੋਲੋਂ ਪਰ ਬ੍ਰੇਕ ਲੈ ਲੈਂਦੇ ਹਾਂ ਪਹਿਲਾਂ ਹੈ ਨਾ ਸੋ ਬ੍ਰੇਕ ਲੈ ਕੇ ਜੀ ਛੇਤੀ ਛੇਤੀ ਵਾਪਸ ਆਏ ਤੇ ਫਿਰ ਗੱਲਬਾਤ ਕਰਾਂਗੇ ਲਓ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਡੇਲੀ ਡੋਜ਼ ਦੇ ਵਿੱਚ ਸੋ ਤੁਹਾਨੂੰ ਪਤਾ ਹੀ ਹੈ ਜੀ ਅੱਜ ਹਰਜੀਤ ਹਰਮਨ ਜੀ ਸਾਡੇ ਨਾਲ ਨੇ ਨਵਾਂ ਗਾਣਾ ਇਹਨਾਂ ਦਾ ਫਰਦਾ ਆਇਆ ਅਤੇ ਹਿੱਟ ਰਿਹਾ ਉਹ ਗਾਣਾ ਵੀ ਆਪਾਂ ਸੁਣ ਲਿਆ ਤੁਹਾਨੂੰ ਦੋ ਵਾਰੀ ਸੁਣਾ ਦਿੱਤਾ ਸੀ ਉਹ ਗਾਣਾ ਹੋਰ ਵੀ ਬੜੇ ਗਾਣਿਆਂ ਬਾਰੇ ਗੱਲਬਾਤ ਕੀਤੀ ਹੈਗੀ ਹੈ ਅਤੇ ਹੁਣ ਤੁਸੀਂ ਗੱਲ ਕਰ ਰਹੇ ਸੀਗੇ ਥੋੜ੍ਹੀ ਜਿਹੀ ਯਾਦ ਦੱਸ ਰਹੇ ਸੀਗੇ ਆਪਣੀ ਮਿੱਤਰਾਂ ਦਾ ਨਾਂ ਚੱਲਦਾ ਵਾਲੀ ਹਾਂ ਮੈਂ ਕਿਹਾ ਜਿਹੜਾ ਗਾਣਾ ਮੈਨੂੰ ਚੰਗਾ ਨਾ ਲੱਗਿਆ ਕਰੇ ਉਹ ਹਿੱਟ ਹੋ ਜਾਂਦਾ ਅਤੇ ਬਾਅਦ ਦੇ ਵਿੱਚ ਮਿੱਤਰਾਂ ਦਾ ਨਾਂ ਚੱਲਦਾ ਵੀ ਇੱਦਾਂ ਕੰਪਨੀ ਨੇ ਫੈਸਲਾ ਕੀਤਾ ਕਿ ਗਾਣਾ ਸ਼ੂਟ ਕਰੋ ਜੀ ਮਿੱਤਰਾਂ ਦਾ ਨਾਂ ਚੱਲਦਾ ਬਹੁਤ ਵਧੀਆ ਤੁਲੀ ਸ਼ਰਮਾ ਜੀ ਨੇ ਕਿਹਾ ਵੀ ਇਹ ਬਹੁਤ ਅੱਛਾ ਤਜਰਬਾ ਸੀ ਉਹਨਾਂ ਮੈਂ ਕਿਹਾ ਜੀ ਜੋ ਵੀ ਗਾਣਾ ਕਰਤਾ ਲਓ ਨਾਂ ਨਾਲੋ ਤਾਂ ਕੁਛ ਕਰੀਏ ਹਨਾ ਉਹਨਾਂ ਨੇ ਵੀਡੀਓ ਬਣਾਇਆ ਜੀ ਉਹ ਹਿੱਟ ਹੋ ਗਿਆ ਐਦਾਂ ਹੀ ਮੇਰੇ ਨਾਲ ਹੋਇਆ ਸਿੱਧੀ ਸਾਦੀ ਜੱਟੀ ਮੈਨੂੰ ਲਾਈਨ ਚੰਗੀ ਲੱਗਦੀ ਸੀ ਮੈਨੂੰ ਇਹਦੇ ਵਿੱਚੋਂ ਐਡੀ ਉਮੀਦ ਨਹੀਂ ਸੀ ਜੋ ਮਤਲਬ ਜਿੰਨਾ ਇਹ ਗਾਣਾ ਚੱਲਿਆ ਅਤੇ ਇਸ ਕਰਕੇ ਆਪਦੇ ਤਜਰਬੇ ਵੀ ਕਈ ਵਾਰ ਇਸ ਲਾਈਨ ਦੇ ਵਿੱਚ ਫੇਲ ਹੋ ਜਾਂਦੇ ਨੇ ਕਿ ਜੇ ਬੰਦੇ ਨੂੰ ਪਤਾ ਹੋਵੇ ਸਿੰਗਰ ਨੂੰ ਕਿ ਇਹ ਗਾਣਾ ਹਿੱਟ ਕਰਦਾ ਮਿਹਨਤ ਹੁੰਦਾ ਫਿਰ ਤਾਂ ਸਾਰੇ ਗਾਣੇ ਹਿੱਟ ਹੋਣ ਫਲੋਪ ਕੋਈ ਨਾ ਹੋਵੇ ਬਿਲਕੁਲ ਸਾਰੇ ਆਪਣੇ ਵੱਲੋਂ ਤਾਂ ਵਧੀਆ ਕਰਦੇ ਨੇ ਫਿਰ ਹਿੱਟ ਗਾਣੇ ਦੇ ਵੀ ਇਦਾਂ ਹੁੰਦਾ ਨਹੀਂ ਇੱਥੇ ਫੇਰ ਵੀ ਮੁਕੱਦਰ ਕਹਿ ਲਓ ਲੱਗ ਕਹਿ ਲਓ ਕੁਛ ਵੀ ਬਿਲਕੁਲ ਬਿਲਕੁਲ ਅੱਛਾ ਜੱਟੀ ਪਰੀਆਂ ਤੋਂ ਸੋਹਣੀਏ ਗਾਣਾ ਇਹ ਗਾਣੇ ਦੇ ਦੋ ਬੋਲ ਹੋ ਜਾਣ ਬਿਲਕੁਲ ਜੀ ਜੀ ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ ਪਰੀਆਂ ਤੋਂ ਸੋਹਣੀ ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ ਸਾਡੇ ਪਿੰਡ ਦੇ ਉੱਤੇ ਰੱਬੀ ਨੂਰ ਵਰਸਦਾ ਏ ਨੂਰ ਵਰਸਦਾ ਏ ਅਸੀਂ ਕੀ ਲੈਣਾ ਨਕਲੀ ਰੂਪ ਨਿਖਾਰੇ ਤੋਂ ਮਿੱਤਰਾ ਵਾਹ ਜੀ ਵਾਹ ਬਹੁਤ ਖੂਬ ਅੱਛਾ ਅਗਰ ਤੁਹਾਡਾ ਆਪਣਾ ਕੋਈ ਫੇਵਰੇਟ ਜਿਹੜਾ ਤੁਸੀਂ ਤੁਹਾਨੂੰ ਲੱਗਾ ਕਿ ਇੰਨੇ ਕਰੀਅਰ 'ਚ ਆਹ ਗਾਣਾ ਮੇਰਾ ਬੈਸਟ ਮੇਰੇ ਫੇਵਰੇਟ ਜਦੋਂ ਗਾਣੇ ਹਿੱਟ ਹੁੰਦੇ ਜਾਂਦੇ ਆ ਉਹ ਚੇਂਜਸ ਆ ਜਾਂਦੇ ਨੇ ਨਵੇਂ ਨਵੇਂ ਗਾਣੇ ਦਾ ਮੇਰੇ ਗਾਣਾ ਜਿਹੜਾ ਲਾਸਟ 'ਚ ਮੇਰੇ ਰਿਹਾ ਦਿਲ ਦੇ ਨੇੜੇ ਚਲੋ ਬੀਟ ਸੌਂਗ ਅਲੱਗ ਕਿਸਮ ਦਾ ਹੁੰਦਾ ਇੱਕ ਮੇਰੇ ਗਾਣਾ ਸੀ ਜਿਸ ਵੇਲੇ ਕਣਕਾਂ ਨੂੰ ਪਹਿਲਾਂ ਪਾਣੀ ਲਾਉਂਦੇ ਜੱਟ ਤੋੜੀਏ ਨੂੰ ਪੈਂਦੇ ਜਦੋਂ ਪੀੜੇ ਪੀੜੇ ਫੁੱਲ ਵੇ ਉਹ ਗਾਣਾ ਮੇਰੇ ਮੈਂ ਦੋ ਲਾਈਨਾਂ ਉਹਦੀਆਂ ਵੀ ਸਲਾਮਾਂ ਬਿਲਕੁਲ ਬਿਲਕੁਲ ਜਿਸ ਵੇਲੇ ਕਣਕਾਂ ਨੂੰ ਪਹਿਲਾਂ ਪਾਣੀ ਲਾਉਂਦੇ ਜੱਟ ਤੋੜੀਏ ਨੂੰ ਪੈਂਦੇ ਜਦੋਂ ਪੀੜੇ ਪੀੜੇ ਫੁੱਲ ਵੇ ਉਸ ਰੁੱਤੇ ਸੱਜਣ ਮੁਲਾ ਦੇ ਰੱਬਾ ਮੇਰਿਆ ਸਾਰੀ ਉਮਰ ਤੇਰਾ ਤਾਰੀ ਜਾਊਂ ਮੁੱਲ ਵੇ ਸਾਰੀ ਉਮਰ ਤੇਰਾ ਤਾਰੀ ਜਾਊਂ ਮੁੱਲ ਵੇ ਵਾਹ ਜੀ ਵਾਹ ਬਹੁਤ ਖੂਬ ਬਹੁਤ ਬਾ ਕਮਾਲ ਹਰ ਗਾਣਾ ਹੀ ਬਹੁਤ ਵਧੀਆ ਹੈਗਾ ਹੈ ਆਲਮੋਸਟ ਸਭ ਨੇ ਹਰ ਗਾਣਾ ਸੁਣਿਆ ਵੀ ਹੈ ਅੱਛਾ ਹੁਣ ਆਉਣ ਵਾਲੇ ਪ੍ਰੋਜੈਕਟ ਕਿਹੜੇ ਨੇ ਇਸ ਗਾਣੇ ਤੋਂ ਬਾਅਦ ਹੁਣ ਸਿੰਗਲ ਟਰੈਕ ਜੀ ਮੈਂ ਵਿੱਚ ਦੀ ਫਿਲਮਾਂ ਵੀ ਆ ਗਏ ਕਹਿੰਦੇ ਪੁੱਛਦੇ ਹੁੰਦੇ ਚੈਨਲ 'ਤੇ ਵੀ ਫਿਲਮ ਨਹੀਂ ਕੀਤੀ ਉਹ ਅੱਛੇ ਲੋਕ ਮੈਨੂੰ ਮਿਲ ਗਏ ਸੀ ਵਧੀਆ ਫਿਲਮ ਕੜਵਾਈਆਂ ਕੀਤੀ ਫਿਰ ਤੂੰ ਰੱਖੀ ਅਤੇ ਉਹਦੇ ਵਿੱਚ ਕਾਫੀ ਟਾਈਮ ਸਾਡਾ ਗਾਣੇ ਗੁਣਿਆਂ ਦਾ ਵੇਸਟ ਹੋ ਜਾਂਦਾ ਹੈ ਅਤੇ ਉਨੀ ਪ੍ਰਮੋਸ਼ਨ ਮਿਲਣੀ ਪਾਉਂਦੀ ਗਾਣੇ ਨੂੰ ਜਿੰਨੀ ਕਿ ਆਪਾਂ ਸਿੰਗਲ ਗਾਣੇ ਦੀ ਕਰ ਲੈਂਦੇ ਹਾਂ ਅਤੇ ਹੁਣ ਜੀ ਮੈਂ ਲਗਾਤਾਰ ਬਾਬਾ ਕਿਰਪਾ ਕਰੇ ਸੱਚੇ ਪਾਤਸ਼ਾਹ 'ਤੇ ਗਾਣੇ ਤੋਂ ਅੱਗੇ ਜਿੱਦਾਂ ਮੇਰਾ ਹੁਣ ਕਿ ਰੋਮੈਂਟਿਕ ਸੌਂਗ ਮੈਂ ਕੁਛ ਗਾਵਾਂ ਅਤੇ ਕੁਛ ਗਾਣੇ ਪਏ ਆ ਹੁਣ ਜਲਦੀ ਜਲਦੀ ਮੈਂ ਉਹ ਆਪਣਾ ਆਪਣੇ ਚਾਹੁਣ ਵਾਲਿਆਂ ਤੱਕ ਪਹੁੰਚਾਉਂਦਾ ਰਹੂੰਗਾ ਅੱਛਾ ਹੁਣ ਜੇ ਅਸੀਂ ਗੱਲ ਕਰੀਏ ਅੱਜ ਦੇ ਟਾਈਮ ਦੇ ਵਿੱਚ ਹੈ ਨਾ ਗਾਣੇ ਗਾਉਣੇ ਤੁਸੀਂ ਨਹੀਂ ਕਦੇ ਸੋਚਿਆ ਹੁਣ ਅੱਜ ਤਾਂ ਆਵਾਜ਼ ਹੀ ਚੇਂਜ ਹੋ ਜਾਂਦੀ ਬੜੀ ਛੇੜਛਾੜ ਵਾਲਾ ਜ਼ਮਾਨਾ ਆ ਗਿਆ ਨਾ ਹੁਣ ਟੈਕਨੀਕਲੀ ਕੁਛ ਨਾ ਕੁਛ ਛੇੜਛਾੜ ਕਰ ਲਓ ਆਵਾਜ਼ ਦੇਖੋ ਜੀ ਸਭ ਕੁਛ ਚੱਲੀ ਜਾਂਦਾ ਚੇਂਜ ਹੋ ਜਾਂਦਾ ਥੋੜ੍ਹੀ ਜਿਹੀ ਸਪੋਰਟ ਤਾਂ ਮਿਲ ਜਾਂਦੀ ਹੈ ਕਿਤੇ ਨਾ ਕਿਤੇ ਜਿਹੜਾ ਸੁਰ ਤੁਹਾਡਾ ਨਹੀਂ ਲੱਗਦਾ ਤਾਂ ਉਹ ਚੱਕ ਕੇ ਜੇ ਉੱਥੇ ਲਾ ਦਿੰਦੇ ਜਿੱਥੇ ਤੁਸੀਂ ਸੋਚ ਵੀ ਨਹੀਂ ਸਕਦੇ ਹਾਂ ਸਿਸਟਮ ਤਕਨੀਕ ਬੜੀ ਇਸ ਦੇ ਵਿੱਚ ਜਿਹੜਾ ਅਪਰੂਵ ਹੋਇਆ ਇਸ ਸਟੂਡੀਓ ਦਾ ਅਤੇ ਗਾ ਸਕਦਾ ਮਤਲਬ ਅੱਗੇ ਜਿਹੜਾ ਬੰਦਾ ਗਾ ਨਹੀਂ ਸੀ ਸਕਦਾ ਬੋਲੀ ਪਾਉਣ ਜਾਣਦਾ ਹੋਵੇ ਹੁਣ ਉਹ ਵੀ ਆਪਣਾ ਗਾਣਾ ਰਿਕਾਰਡ ਕਰ ਸਕਦਾ ਅਤੇ ਚਲੋ ਚੰਗੀ ਗੱਲ ਆ ਵਿਚਾਰਾ ਕਿਸੇ ਦੀ ਭਾਵਨਾ ਹੁੰਦੀ ਆ ਅਤੇ ਹੁਣ ਉਹ ਆਪਣੀ ਆਵਾਜ਼ ਨੂੰ ਵਧੀਆ ਬਣਾ ਲੈਂਦਾ ਅਤੇ ਸੁਣਨਾ ਅੱਗੇ ਮੁਹੱਬਤ ਕਰਨੀ ਸਰੋਤਿਆਂ ਨੇ ਹੁੰਦੀ ਆ ਅਤੇ ਪਰ ਇਹ ਫਿਰ ਉਹ ਲਾਈਵ ਨਹੀਂ ਜਦੋਂ ਹੁਣ ਤੁਹਾਡੇ ਕੋਲ ਹਾਂ ਲਾਈਵ ਦੇ ਵਿੱਚ ਬੜਾ ਫਿਰ ਪ੍ਰੋਬਲਮ ਆ ਜਾਂਦਾ ਜੀ ਉਹ ਫਿਰ ਉੱਥੇ ਤਾਂ ਤੁਹਾਨੂੰ ਗਾਉਣਾ ਹੀ ਪੈਂਦਾ ਮੈਂ ਇੱਕ ਲੈ ਕੇ ਤੁਹਾਨੂੰ ਲਾ ਕੇ ਮਜੀਸ਼ੀਅਨ ਉੱਥੇ ਫਿਰ ਤੁਸੀਂ ਉਹ ਨਹੀਂ ਕਰ ਸਕਦੇ ਬਿਲਕੁਲ ਨਾ ਉਹ ਹੋ ਪਾਉਣਾ ਬਿਲਕੁਲ ਈਵਨ ਲਾਈਵ 'ਚ ਫਿਰ ਸੀਡੀ ਚੱਲਦੀ ਹੈ
ਹਾਂ ਸੀਡੀ ਤੇ ਫਿਰ ਮੇਰੇ ਖਿਆਲ ਦੇ ਵਿੱਚ ਉਹ ਸੀਡੀ ਤੇ ਪਰਫਾਰਮ ਕਰ ਲੈਂਦੇ ਆ ਜਿਹੜੇ। ਹਾਂ ਬਿਲਕੁਲ ਜੀ, ਸੋ ਕਾਲ ਸੋ ਫੋਨ, ਚਲੋ ਕੋਈ ਗੱਲ ਨਹੀਂ। ਸੋ ਬਿਲਕੁਲ ਜੀ, ਕਿਤੇ ਨਾ ਕਿਤੇ ਜਿਹੜੀ ਆਹ ਛੇੜਛਾੜ ਹੋ ਰਹੀ ਆ, ਜਿਵੇਂ ਅਸੀਂ ਦੱਸਿਆ ਕਿ ਲਾਈਵ ਨਹੀਂ, ਹੈ ਨਾ, ਵੀ ਜਿਹੜਾ ਨਹੀਂ ਵੀ ਗਾ ਸਕਦਾ ਅੱਜ ਦੇ ਟਾਈਮ ਦੇ ਵਿੱਚ ਉਹ ਵੀ ਸਿੰਗਰ ਹੈਗਾ ਆ, ਹੈ ਨਾ, ਪਰ ਜਿਹੜਾ ਰਿਆਜ਼ ਹੈ, ਹੈ ਨਾ, ਉਹ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਹੁਣ ਮੈਨੂੰ ਇੰਨੇ ਸਾਲ ਹੋ ਗਏ, ਹੁਣ ਤਾਂ ਰਿਆਜ਼ ਦੀ ਲੋੜ ਨਹੀਂ, ਕਿ ਬੰਦੇ ਨੂੰ ਹੁੰਦਾ ਨਾ ਜੀ। ਮੈਂ ਕਹਾਂ ਕਿ ਮੈਨੂੰ ਨਹੀਂ ਆਉਂਦਾ, ਚੱਲਣਾ ਚਲਾਉਣਾ ਅਲੱਗ ਆ, ਪਰ ਜਿਹੜਾ ਬੰਦਾ ਮਿਹਨਤੀ ਹੁੰਦਾ ਉਹ ਤਾਂ ਤੁਹਾਡਾ ਹੁਨਰ ਹੈ, ਉਹ ਤਾਂ ਬਾਬਾ ਪਰਮਾਤਮਾ ਕਦੇ ਤੁਹਾਨੂੰ ਧੋਖਾ ਨਹੀਂ ਦਿੰਦਾ, ਅਤੇ ਤੁਹਾਡੇ ਕੰਮ ਵੀ ਆਉਂਦਾ ਜ਼ਿੰਦਗੀ ਦੇ ਵਿੱਚ। ਕੋਈ ਵੀ ਹੈ, ਜੇ ਤੁਸੀਂ ਸਿੱਖਿਆ ਹੋਇਆ, ਹਰਮੋਨੀਅਮ ਸਿੱਖਿਆ, ਫੋਰਨ ਚਲੇ ਗਏ ਤਾਂ ਤੁਹਾਡੇ ਕੋਲ ਸਟੂਡੈਂਟ ਬਹੁਤ ਆ ਜਾਣੇ ਵੀ ਤੁਸੀਂ ਸਿਖਾ ਸਕਦੇ ਹੋ। ਕੋਈ ਵੀ ਹੁਨਰ ਆ ਉਹਦੇ ਬਾਰੇ ਨਹੀਂ ਕਹੂੰਗਾ, ਉਹ ਤਾਂ ਹੋਣਾ ਚਾਹੀਦਾ ਹੀ ਆ ਮੇਰੇ ਖਿਆਲ ਦੇ ਵਿੱਚ। ਬਾਬਾ ਕਿਰਪਾ ਕਰੇ ਕਿ ਚਲੋ, ਬਾਕੀ ਕੰਮ ਜਿਹੜਾ ਨਾ ਸਿੱਖਿਆ ਹੁਣ ਤੱਕ ਚੱਲ ਉਹਦਾ ਵੀ ਜਾਂਦਾ ਕਈ ਵਾਰੀ, ਇਹ ਤਾਂ ਹੈ ਵੀ। ਜੇ ਲਾਇਕ ਲੋਕ ਹੁੰਦੇ ਨੇ, ਜਿਹੜੇ ਪੜਾਕੂ ਹੁੰਦੇ ਨੇ, ਉਹ ਵੀ ਅੱਗੇ ਪਿੱਛੇ ਨਲਾਇਕ ਵੀ ਅੱਗੇ ਜਾਂਦੇ ਨੇ ਕਿਸਮਤ। ਪਰ ਫਿਰ ਜਿੰਨੇ ਸਾਲ ਤੁਸੀਂ ਰਹੇ ਹੋ, ਇੰਨੇ ਸਾਲ ਨਹੀਂ ਨਾ ਰਹਿ ਪਾਉਂਦੇ ਉਹ। ਹਾਂਜੀ, ਮੁਹੱਬਤ ਆ ਮੇਰੇ ਚਾਹੁਣ ਵਾਲਿਆਂ ਦੀ, ਮੈਂ ਤਾਂ ਆਪ ਕਿਰਪਾ ਅਤੇ ਜਦੋਂ ਜੁੜੇ ਹੁੰਦੇ ਨੇ ਤੁਹਾਡੇ ਸਰੋਤੇ ਤੁਹਾਡੇ ਨਾਲ, ਉਹ ਚੱਕ ਲੈਂਦੇ ਆ ਜੀ ਜਦੀ ਗਾਣਾ ਜਦੋਂ ਫਿਰ ਆਉਂਦਾ। ਫਿਰ ਬਿਲਕੁਲ ਉਹੀ, ਤਾਂ ਹੀ ਮੈਂ ਕਿਹਾ ਵੀ ਫਿਰ ਉਹ ਲੰਬੇ ਸਮੇਂ ਤੱਕ, ਜਿਹੜੇ ਆਡੀਅੰਸ ਫੈਨ ਲੰਬੇ ਸਮੇਂ ਤੱਕ ਰਹਿੰਦੀ ਹੈਗੀ ਆ ਫਿਰ। ਸੋ ਕਾਲ ਲੈ ਲੈਂਦੇ ਹਾਂ। ਹਲੇ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ? ਬਹੁਤ ਵਧੀਆ ਬਾਈ, ਤੁਸੀਂ ਸੁਣਾਓ ਕਿਵੇਂ ਹੋ? ਮੈਂ ਜੀ ਤੁਹਾਡਾ ਬਹੁਤ 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 ਵੱਡਾ ਫੈਨ ਹੈ ਜੀ, ਤੁਹਾਡੀ ਟੂਨ ਵਾਇਸ ਤੁਹਾਡੀ ਆਈ ਲਾਈਕ। ਥੈਂਕ ਯੂ ਜੀ, ਥੈਂਕ ਯੂ। ਕਿਹੜੀ ਜਗ੍ਹਾ ਰਹਿੰਦੇ ਹੋ? ਚੱਲਦਾ ਹੁਣ ਨਵਾਂ ਤੁਹਾਡਾ ਗਾਣਾ ਆਇਆ ਦਿਲ ਦੀਆਂ ਫਰਦਾਂ। ਹਾਂ ਬਾਈ, ਨਾ ਨਾ ਬਾਤ ਹੈ। ਕਿਹੜੀ ਜਗ੍ਹਾ ਰਹਿੰਦੇ ਹੋ ਜੀ? ਮੈਂ ਨਿਊ ਓਰਲੀਨਸ ਰਹਿੰਦਾ ਜੀ, ਲੁਈਜ਼ੀਆਨਾ ਚ। ਓਕੇ 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 ਜੀ, ਹਾਂਜੀ। ਸੋ ਥੈਂਕ ਯੂ ਜੀ, ਆਪਣਾ ਕੰਮ ਕਰਕੇ ਚਲੋ, ਉਹਨੇ ਦੂਜੇ ਨੇ ਸੁਣਨਾ ਕਿ ਇੱਥੇ ਢੋਲਕ ਪਲੇ ਕਰਨੀ ਹੈ, ਟਰੈਕ ਬਹੁਤ ਕੁਛ ਆ ਗਿਆ, ਮਤਲਬ ਸੌਖਾ ਹੋਇਆ। ਜਿਵੇਂ ਤੋਂ ਕਿਤੇ ਨਹੀਂ ਲੱਗਦਾ ਕੋਈ ਟੱਚ, ਉਹ ਉੱਧਰ ਜਿਵੇਂ ਕਹਿੰਦੇ ਸਪੋਰਟ ਵੀ ਮਿਲ ਜਾਂਦੀ ਆ ਉੱਧਰ, ਅਤੇ ਬਾਕੀ ਸਮੇਂ ਦੇ ਨਾਲ ਤਾਂ ਮਿਊਜ਼ਿਕ 'ਚ ਚੇਂਜ, ਪਰ ਵਧੀਆ ਆ, ਸਾਊਂਡ ਸਿਸਟਮ ਅੱਛੇ ਆ ਗਏ, ਮਿਊਜ਼ਿਕ ਇੰਸਟਰੂਮੈਂਟਸ ਜਿਹੜੇ ਆ ਉਹ ਚੰਗੇ ਆ ਗਏ, ਅਤੇ ਚੰਗਾ ਲੱਗਦਾ ਜਦੋਂ ਗਾਉਂਦੇ ਹਾਂ। ਹੁਣ ਸਾਡਾ ਇੱਦਾਂ ਲੱਗਦਾ ਹੁੰਦਾ ਵੀ ਜਿੱਦਾਂ ਸੀ ਡੀ ਦੀ ਤਰ੍ਹਾਂ, ਅੱਗੇ ਉਹ ਅਸੀਂ ਆਊਟਪੁੱਟ ਨਹੀਂ ਦੇ ਪਾਉਂਦੇ ਸੀ ਜੋ ਅਸੀਂ ਸਟੂਡੀਓ 'ਚ ਕਰਦੇ ਸੀ, ਹੁਣ ਉਹ ਅਸੀਂ ਉੱਥੇ ਵੀ ਕਰ ਲੈਂਦੇ ਹਾਂ, ਨੇੜੇ ਤੇੜੇ ਲੈ ਜਾਂਦੇ ਹਾਂ ਗਾਣੇ ਨੂੰ। ਬਿਲਕੁਲ, ਉਹਦੀ ਫੀਲ ਦੇ ਮੁਤਾਬਕ ਫੀਲ, ਬਿਲਕੁਲ ਬਿਲਕੁਲ ਬਿਲਕੁਲ। ਸੋ ਆਡੀਅੰਸ ਤੱਕ ਵੀ ਉਹ ਜਿਹੜੀ ਫੀਲ ਹਮੇਸ਼ਾ ਇੱਦਾਂ ਹੀ ਪਹੁੰਚਦੀ ਆ। ਅਤੇ ਇੱਕ ਕਾਲਰ ਆਪਾਂ ਲੈ ਲੈਂਦੇ ਹਾਂ ਜਲਦੀ ਜਲਦੀ, ਥੋੜ੍ਹੀ ਜਿਹੀ ਗੱਲਬਾਤ ਇਹਨਾਂ ਦੇ ਨਾਲ ਆਪਾਂ ਕਰ ਲੈਂਦੇ ਹਾਂ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਦੱਸੋ ਜੀ। ਹਾਂਜੀ, ਮੈਂ ਇੱਕ ਅੱਧਾ ਮਿੰਟ ਹੀ ਹੈ, ਜਲਦੀ ਜਲਦੀ ਗੱਲ ਕਰ ਲਓ, ਮੈਨੂੰ ਪਤਾ ਅੱਜ ਮੇਰਾ ਨਹੀਂ, ਤੁਸੀਂ ਹਰਮਨ ਜੀ ਨਾਲ ਕਰਨੀ ਆ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ ਜੀ? ਗੁੱਡ, ਓ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਸੋ ਮਚ। ਸੋ ਕਿਤੇ ਨਾ ਕਿਤੇ ਜਦੋਂ ਫੇਵਰੇਟ ਸਟਾਰ ਨਾਲ ਗੱਲ ਕਰਨੀ ਹੁੰਦੀ ਹੈ, ਕਿਤੇ ਨਾ ਕਿਤੇ ਨਰਵਸ ਵੀ ਹੋ ਜਾਂਦੀ ਹੈ ਆਡੀਅੰਸ। ਕੋਈ ਗੱਲ ਨਹੀਂ ਜੀ, ਸੋ ਥੈਂਕ ਯੂ ਸੋ ਮਚ ਜੀ, ਬਹੁਤ ਚੰਗਾ ਲੱਗਾ ਵਾਕਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਅਤੇ ਇਹ ਜਿਹੜਾ ਗੀਤ ਹੈ ਇਹ ਤਾਂ ਸੁਪਰ ਹਿੱਟ ਹੋ ਹੀ ਰਿਹਾ, ਅਤੇ ਆਉਣ ਵਾਲੇ ਗੀਤ ਵੀ ਸੁਪਰ ਡੁਪਰ ਹਿੱਟ ਹੀ ਹੋਣਗੇ। ਫਿਰ ਇੱਥੇ ਆਵਾਂਗੇ, ਬਿਲਕੁਲ ਜ਼ਰੂਰ, ਆਪਾਂ ਤੁਹਾਡਾ ਇੰਤਜ਼ਾਰ ਕਰਾਂਗੇ ਜੀ। ਸੋ ਆਈ ਹੋਪ ਤੁਹਾਨੂੰ ਵੀ ਬਹੁਤ ਮਜ਼ਾ ਆਇਆ ਹੋਏਗਾ ਜੀ, ਅੱਜ ਗੀਤ ਵੀ ਸੁਣਿਆ, ਗੱਲਾਂ ਬਾਤਾਂ ਵੀ ਕੀਤੀਆਂ। ਇੱਕ ਆਰਟਿਸਟ ਦੇ ਆਪਾਂ ਗਾਣੇ ਸੁਣ ਲੈਂਦੇ ਹਾਂ, ਪਰ ਉਹਦੇ ਪਿੱਛੇ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਉਹ ਸੁਣਨਾ ਵੀ ਬਹੁਤ ਕਿਤੇ ਨਾ ਕਿਤੇ ਮਜ਼ੇਦਾਰ ਹੁੰਦਾ ਹੈ ਵੀ ਜਾਣ ਸਕੀਏ ਉਸ ਸਫ਼ਰ ਨੂੰ ਵੀ। ਅਤੇ ਅੱਜ ਤੁਸੀਂ ਜਾਣਿਆ ਜੀ ਇਸ ਸ਼ੋਅ ਦੇ ਜ਼ਰੀਏ, ਬਾਕੀ ਆਪਣੀਆਂ ਸੁਜੈਸ਼ਨ ਲਿਖ ਕੇ ਸਾਨੂੰ ਭੇਜ ਦੇਣੀਆਂ ਨੇ ਸਾਡੀ ਈਮੇਲ ਐਡਰੈਸ 'ਤੇ। ਅਤੇ ਹੁਣ ਇਸ ਦੇ ਨਾਲ ਮੈਨੂੰ ਪ੍ਰੀਤ ਨੂੰ ਅਤੇ ਮੇਰੇ ਨਾਲ ਹਰਜੀਤ ਹਰਮਨ ਜੀ ਨੂੰ ਦੇ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।